ਸਤਿ ਸ਼੍ਰੀ ਅਕਾਲ ਵੀਰੇ, ਹਾਂ ਜੋ ਕਰ ਮਹਾਰਾਜ ਵਾਹਿਗੁਰੂ ਆ ਜਾ। ਮੈਂ ਪਹਿਲਾਂ ਭਰਾ ਨੂੰ ਮਿਲਾਵਾਂ ਹੈ ਨਾ, ਕੋਈ ਗੱਲ ਨਹੀਂ। ਸਵੇਰ ਤੇ ਰਾਤ ਦਾ ਫੋਨ ਕਰੀ ਮੁੜ ਗਿਆ, ਮੈਨੂੰ ਤਾਂ ਅੱਜ ਪਤਾ ਲੱਗਾ ਇਹ ਤੁਹਾਡੀ। ਮੈਂ ਵੀਡੀਓ ਤਾਂ ਬਹੁਤ ਦਿਨ ਦੀ ਦੇਖੀ ਸੀ। ਅੱਛਾ ਜੀ, ਪਰ ਮੇਰੇ ਕੋਲ ਤਾਂ ਰਹਿ ਕੇ ਗਿਆ ਸੀ, ਪਰ ਮੈਨੂੰ ਪਤਾ ਨਹੀਂ ਪਛਾਣਿਓ ਕਿਹੜਾ। ਮੈਂ ਨਹੀਂ ਦੱਸਣਾ ਵੀ ਕਿਹੜਾ ਵਾ, ਪਛਾਣਿਓ ਕਿਹੜਾ। ਅਗਲੇ ਬੰਨੇ ਹੋ ਜਾ, ਅਗਲੇ ਬੰਨੇ ਪਛਾਣੋ ਕਿਹੜਾ ਇਹਨਾਂ ਚੋਂ। ਇੰਦਰਾ ਹੈ, ਉਹੀ ਆ। ਅਗਲੇ ਬੰਨੇ ਮੋਹਣ, ਅਗਲੇ ਬੰਨੇ ਆ, ਉਹੀ ਆ। ਕੌਣ ਆਇਆ ਵਾ, ਕੌਣ ਆਇਆ ਵਾ, ਪੰਦਰਾਂ ਸਾਲ ਬਾਅਦ। ਰਾਮ ਰਾਮ ਰਾਮ। ਕੌਣ ਹੈ, ਬਹਿ ਜਾ ਦੋ ਮਿੰਟ, ਬਹਿ ਜਾ ਦੋ ਮਿੰਟ, ਬਹਿ ਜਾ। ਗੁਜਰਾਤ ਤੋਂ ਛੁਡਵਾਇਆ ਸ਼ਾਇਦ, ਵੀਡੀਓ ਵੇਖੀ ਹੋਣੀ ਆ। ਵੀਡੀਓ ਤੋਂ ਹਮ ਸੇ ਕੋਈ ਔਰ ਵੀ ਬਿਹਾਰ ਪਰ ਡਾਲੇ ਥੇ, ਵਹਾਂ ਸੇ ਲੋਗੋਂ ਕੋ ਫੋਨ ਕੀਆ, ਤੋ ਹਮੇ ਸਰਦਾਰ ਹਮੇ ਬੇਟੇ ਸੇ ਪਾਲੇ ਥੇ, ਇਨਕੇ ਬਾਈ ਬਹੁਤ ਗਿਆ ਰਾਤ। ਜਦੋਂ ਇਹਨੂੰ ਅਸੀਂ ਲੈਣ ਗਏ ਸੀ ਨਾ, ਇੱਦਾਂ ਮੰਜਾ ਸੀਗਾ ਸਾਹਮਣੇ, ਅਤੇ ਇੰਨਾ ਡਰਿਆ ਸੀ ਸਾਨੂੰ ਵੇਖ ਕੇ, ਮੰਜੇ ਥੱਲੇ ਲੁੱਕ ਗਿਆ ਸੀਗਾ। ਹਜੇ ਸਾਡੇ ਤੋਂ ਸਿਰਫ 10 ਕਿਲੋਮੀਟਰ ਦੂਰ ਆ, ਅਤੇ ਸਾਡੇ ਨਾਲ ਹੱਥੋਂ ਪਾਈ ਹੋ ਗਏ ਸੀ ਉਹ ਗੱਡੀ ਦੀ ਬਾਹ ਨੂੰ, ਉੱਤੋਂ ਚਤਰਾਈ ਵੀ ਕਰ ਰਿਹਾ ਸੀ। ਹਾਂਜੀ, ਖਾ ਲਾ ਖਾਣਾ, ਇਹਦੇ ਹੱਥ ਧਵਾ, ਠੀਕ ਹੈ। ਹਾਂ ਵਾਹਿਗੁਰੂ। ਅਤੇ ਕਿ ਕੀ ਗੱਲ ਹੋਈ ਸੀ ਇਹਨੂੰ? ਸਰ ਕੋਈ ਨਾ, ਇਹ ਪੜ੍ਹਨੇ ਹੀ ਮੈਂ ਇਨਕੋ ਮੈਸਿਕ ਬਹੁਤ ਤਗੜੇ ਪੜ੍ਹਨੇ ਮੈਂ ਇਨਕੋ ਤੇਰਾ ਵੇਲਾ ਹੋ ਗਿਆ ਥਾ ਇਹ। ਅੱਛਾ, ਉਸਕੇ ਬਾਅਦ ਬਿਲਕੁਲ ਸਹੀ, ਹਮ ਲੁਧਿਆਣੇ ਰਹਤੇ ਹੈ ਸਰਦਾਰ, ਹਮ ਬੱਚੇ ਸੇ ਪਾਲੇ ਯਹਾਂ ਰਹੇ ਇਨਕੇ ਸਾਥੇ, ਤੋ ਫਿਰ ਹਮਕੋ ਪੜ੍ਹੇ ਲਿਖੇ ਤੋ ਹਮ ਲੁਧਿਆਣਾ ਹੀ ਕਾਮ ਕਰਨੇ ਲੱਗ ਗਏ, ਅਤੇ ਘਰ ਗਏ ਤਾਂ ਘਰ ਕੀ ਪੜਦਾਰੀ ਬਤਾ ਜੀ, ਆਪਣਾ ਲੜਾਈ ਝਗੜਾ ਹੋਤਾ ਹੈ, ਉਹ ਆਏ ਕਿ ਭਈਆ ਇਸੇ ਸੇ ਬਾਤ ਨਹੀਂ, ਠੀਕ ਹੈ ਬੈਠੋ ਖਾਣਾ ਪੀਣਾ ਖਾਓ, ਹਮ ਚਲੇ ਘਰ ਪਿਆ। ਉਹ ਆਏ ਤਾਂ ਭਈ ਇਹ 2010 ਕੇ ਦਿਸੰਬਰ ਕੇ 12 ਦਿਸੰਬਰ ਕੇ ਇਹਨਾਂ ਨੇ ਹਮ ਸ਼ੇਰਪੁਰ ਚੌਕ ਮੇ ਰਿਪੋਰਟ ਵੀ ਲਿਖਾਇਆ 30 ਦਿਸੰਬਰ 2010 ਕੇ। ਜਬ ਸੇ ਢੂੰਢਤਾ ਹੂੰ ਲੁਧਿਆਣਾ ਆਸੇ ਪਾਸੇ ਜਿਤਨਾ ਗਾਂਵ ਪੇਪਰ ਮੇ ਸਭ ਮੇ ਛਪਾਇਆ, ਨਹੀਂ ਮਿਲੇ, ਇਤਨੇ ਦੂਰ ਕਹਾਂ ਸੇ ਖੋਹ ਮੇ ਛਪਾਇਆ, ਪਤਾ ਨਹੀਂ। ਇਹਦੀ ਫੈਮਿਲੀ? ਫੈਮਿਲੀ ਨਹੀਂ ਸਰ, 25 ਵਰਸ ਤੋਂ ਲੇਕਰ ਸ਼ਾਦੀ ਕਿ ਹਮ ਬ੍ਰਾਹਮਣ ਹੈ, ਪੰਡਿਤ ਹਾਂ। ਓਕੇ, ਅੱਛਾ ਪੰਡਿਤ ਹੈ। ਹਾਂ, ਤੇ ਸ਼ਾਦੀ ਨਹੀਂ ਹੋਈ? ਨਹੀਂ, ਅਬ ਸੇ ਸਭ ਸੇ ਛੋਟੇ ਭਰਾ ਹੈ, ਹਮ 5 ਭਰਾ ਹੈ। ਇਹਨੇ ਨੇ ਸ਼ਾਦੀ ਕਰਾਈ ਜਰੇ ਨੇ। ਅੱਛਾ, ਇਹਨੇ ਲੋਕ ਪਾਲਨ ਪੋਸਣ ਨੇ ਸਭ ਲੋਕ। ਇਹ ਕੌਣ ਨੇ, ਇਹ ਕੌਣ ਆ, ਇਹ ਕੌਣ ਆ, ਇਹ ਮਿਲਦਾ ਜੇ ਕੌਣ ਨੇ, ਜੇ ਭਾਈ ਸਾਹਿਬ ਕੌਣ ਨੇ? ਓਕੇ, ਕਿਆ ਨਾਮ ਇਨਕਾ? ਇਨਕਾ ਨਾਮ ਕਿਆ ਬੋਲਤੇ ਹੈ ਕਿ ਪਾਰਸ ਲਾਲ।
पारसलाल। आपका नाम क्या है? सुरेश। आप कितने भाई हो? आप कितने भाई हो? हम अकेले हैं। हाँ अकेले हैं। आपकी आपके पास कोई फोटो है इनकी? इधर आप पुरफे फोटो लेके आया हूँ। पंद्रह साल हो गया ना मुंबई में। ये देखिए सर जी, सारा हमारा एड्रेस पूरा पंजाब के लुधियाना पूरा एड्रेस। बाबूजी का नाम बद्री हो जाए, मेरा भी बद्री हो जाए, उसी से आए हैं। बड़ा दिखाई, ज्यादा ना दिखाइए, थोड़ा मेरा है। ये देखिए मैं अपना पूरा एड्रेस पंजाब लुधियाना पूरा लिखा। इनका कोई एड्रेस है? और इनका तो पसंद निकल के घर से, घर हमारे बिहार पड़ता चंपारण मुतिहारी जिला। नहीं है, अभी 15 साल की गल है ना, कि दा पूरा है ना, जिवे जेंटलमैन सीगा पूरा। अच्छा ਤੁਹਾਡੇ ਕੋਲ ਕੰਮ ਕਰਦੇ ਰਹੇ ਪਹਿਲਾਂ? ਪਹਿਲਾਂ ਇਹ ਕੰਮ ਕਰਦਾ ਸੀ। ਅੱਛਾ ਜੀ, ਆਉਂਦੇ ਜਾਂਦੇ ਹੁੰਦੇ ਸੀ ਆਪਣੇ ਕੋਲ। ਅੱਛਾ ਜੀ, ਇਹ ਸਾਡੇ ਨਾਲ ਪਹਿਲਾਂ ਤੋਂ ਰਿਹਾ ਸੀਗਾ, ਉੱਥੇ ਕੰਮ ਕਰਦਾ ਹੁੰਦਾ ਸੀ। ਹਾਂਜੀ, ਇਹ ਲੁਧਿਆਣੇ ਹੁੰਦੇ, ਲੁਧਿਆਣੇ ਸਾਡੇ ਕੋਲ ਇਹਨਾਂ ਮਿਲਣ ਮੁੜਨੇ ਦੇ ਇਹਨੂੰ ਆ ਜਾਂਦੇ ਹੁੰਦੇ ਸੀ। ਇੱਕ ਇਹਦਾ ਭਰਾ ਸੀਗਾ, ਉੱਥੇ ਚਲਾ ਗਿਆ, ਉੱਥੇ ਸਾਡੇ ਪਿੰਡ ਨੂੰ ਕੰਮ ਕੁੰਮ ਦਵਾ ਦੇਈਦਾ। ਦੂਜਾ ਉਹ ਮਤਲਬ ਬਿਹਾਰ ਚ ਹੈ। ਵਾਹਿਗੁਰੂ। ਇਹ ਤਾਂ ਬਹੁਤ ਜ਼ਿਆਦਾ ਡਿਪਰੈਸ਼ਨ ਜਿਹਦੇ ਵਿੱਚ ਸੀਗਾ, ਹੁਣ ਤਾਂ ਕਾਫ਼ੀ ਅੱਗੇ ਨੂੰ ਠੀਕ ਆ। ਮੇਰੇ ਹਿਸਾਬ ਨਾਲ ਘੱਟੋ ਘੱਟ 50-60 ਮੱਝਾਂ ਹੋਣੀਆਂ ਉਹਨਾਂ ਦੀਆਂ। ਹਾਂਜੀ, ਇਹਦੇ ਨਾ ਇਹ ਹਜੇ ਉਹਨਾਂ ਤੋਂ, ਕਿਉਂਕਿ ਵਿੱਚ ਕੋਈ ਲੋਕ ਇਹੋ ਜਿਹੇ ਆ ਗਏ ਨੇ, ਤਾਂ ਉਹਨਾਂ ਤੋਂ ਤੁਸੀਂ ਇਹਦਾ ਪੂਰਾ ਮਿਹਨਤਾਨਾ ਵੀ ਲੈਣਾ ਸੀਗਾ। ਠੀਕ ਹੈ ਜੀ, 11,000 ਫਿਰ ਵੀ ਉਹਨਾਂ ਕਿਹਾ ਵੀ ਇਹਦਾ 11,000 ਮਿਹਨਤਾਨਾ ਦੇਵਾਂਗੇ, ਅਤੇ 8,000 ਰੁਪਇਆ ਦਿੱਤਾ ਉਹਨਾਂ। ਇਹ ਵੀ ਮੇਰੇ ਕੋਲ ਅਮਾਨਤ ਵਾ ਇਹਦੀ, ਪਈ 8,000 ਇਹਦਾ ਮਿਹਨਤਾਨਾ ਵੀ ਪਿਆ ਮੇਰੇ ਕੋਲ। ਅਤੇ ਕੋਸ਼ਿਸ਼ ਤਾਂ ਸਾਡੀ ਇਹੋ ਹੀ ਵੀ ਉਹਨਾਂ 'ਤੇ ਕਰਵਾਈਏ, FIR ਦਰਜ ਕਰਵਾਈਏ। ਇਹ ਹੁਣ ਇਹਨਾਂ 'ਤੇ ਡਿਪੈਂਡ ਵਾ, ਜੇਕਰ ਕੋਈ ਕਾਰਵਾਈ ਕਰਵਾਉਣੀ ਆ ਤਾਂ ਅਸੀਂ ਇਹਨਾਂ ਦੇ ਨਾਲ ਹੈਗੇ। ਹਾਂ ਹਾਂ, ਇਹਨਾਂ ਨੂੰ ਕੁਛ ਨਹੀਂ ਮਿਲਣਾ, ਕਾਰਵਾਈ ਕਰਾ ਕੇ ਬਸ ਆਪਣਾ ਮਨ ਠੰਡਾ ਹੋ ਜਾਣਾ। ਜਿੱਦਾਂ ਤੁਸੀਂ ਗਏ ਆ ਨਾ, ਹਾਂਜੀ, ਤੁਹਾਡੀ ਮੈਂ ਵੀਡੀਓ ਵੇਖੀ ਆ, ਜਦੋਂ ਤੁਸੀਂ ਮੰਜਾ ਜਾ ਕੇ ਵੇਖਿਆ, ਹਾਂਜੀ, ਅਤੇ ਮੰਜੇ ਦੇ ਨਾਲ ਤੁਸੀਂ ਜਾ ਕੇ ਉਹ ਪਰਾਲੀ ਪਰੂਲੀ ਵੇਖੀ ਆ, ਉਦੋਂ ਮੁੜ ਕੇ ਤੁਹਾਡੇ ਨਾਲ ਜਿਹੜੀ ਉਹ ਮਾਈ ਸੀਗੀ, ਬਹੁਤ ਤੁਹਾਡੇ ਨਾਲ ਇੱਕ ਹੱਥ ਮਾਈ ਨਹੀਂ ਹੁਣ, ਅਤੇ ਤੁਹਾਡੇ ਨਾਲ ਧੱਕਾ ਮੁੱਕੀ ਵੀ ਉਹ ਜਦੋਂ ਤੋਂ ਹੈ ਨਾ, ਉਦੋਂ ਧੱਕਾ ਮਾਰਦਾ ਸੀ ਮੇਰੇ ਮੁੰਡਾ ਉਹ। ਹਾਂਜੀ, ਦੱਸ ਉਹ ਕਹਿੰਦੇ ਮੈਂ 10 ਪਾਸ ਇੱਕ ਮੁੰਡਾ ਉਹ ਨਾ ਭਲਵਾਨੀ ਦਾ ਕੰਮ ਕਰਦਾ ਸੀ। ਉਹ ਤਾਂ ਬੜਾ ਉਹਨਾਂ ਤੋਂ ਤਗੜੇ ਹੋ ਕੇ ਲੈ ਕੇ ਆਏ ਆ। ਮੁੜ ਕੇ ਉਹ ਥੋੜਾ ਇੱਕ ਮੁੰਡਾ ਸਿਕੰਦਰ 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 ਹਾਂ, ਉਹ ਬੜਾ ਮਤਲਬ ਘੈਂਟ ਬੰਦਾ ਜਿਹੜਾ। ਹਾਂ, ਇੱਥੇ ਆਪਣੇ ਕੋਲ ਹੀ ਇੱਥੇ ਮੱਖੂ ਹੈ ਇਸ ਟਾਈਮ। ਉਹ ਮੈਂ ਵੀਡੀਓ ਵੇਖੀ ਆ, ਤੁਹਾਡੀ ਵੀਡੀਓ ਮੈਂ, ਮੇਰੇ ਦਿਮਾਗ 'ਚ ਨਹੀਂ ਸੀਗਾ ਵੀ ਇਹਦਾ ਭਰਾ ਹੈ ਜੀ, ਉਹ ਮੈਨੂੰ ਪਤਾ ਸੀ ਭਰਾ ਇਹਦਾ ਗੁੰਮ ਹੋਇਆ ਗਿਆ। ਪਹਿਲੇ 6 ਫੁੱਟ ਰਹੀਆਂ ਹੱਠਾ ਘਾਟਾ ਸਰੀਰ ਤਾਂ ਪਾਉਣ, ਮੈਂ ਵੀ ਬਹੁਤ ਤਗੜਾ, ਸਭ ਸ਼ਾਸਤਰ ਵੀ ਜਾਣਦੇ ਹਨ। ਲੇਕਿਨ ਹਲਕਾ ਸੁਬਹ ਤੋਂ ਪਹਿਲੇ ਹਮ ਅੰਮ੍ਰਿਤਸਰ ਗਏ ਥੇ, ਅੰਮ੍ਰਿਤਸਰ ਬਿਲਕੁਲ ਸਹੀ ਹੋ ਗਏ ਥੇ। ਇਤਨਾ ਦੂਰ ਆ ਕੇ ਸੇ ਹਮਾਰ ਸਰਦਾਰ ਨਹੀਂ ਹੋਤੇ ਤੋ ਮੈਂ ਪਹੁੰਚਨੇ ਮੇਂ ਕੋਈ ਦਿਨ ਲਗਦਾ ਹੈ। ਇਹ ਤਾਂ ਕੱਲ ਮੈਨੇ ਦਿਆ ਤੇ ਹਮ ਆਪਣੇ ਲੜਕੇ ਕੀ ਹੈ ਇਸਕੋ ਕੀਆ ਥਾ, ਤੋ ਮੈਂ ਸਰਦਾਰ ਸੇ ਤਿਆਰ ਕੀ ਨਾ, ਤੋ ਹਮ ਪਹੁੰਚ ਵੀ ਨਹੀਂ ਪਹੁੰਚਤੇ। ਤਿੰਨ ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੁੰਦਾ ਵਾ, ਇੱਕ ਤੇ ਜਿਹੜੇ ਲੋਕ ਗਲਤ ਲੋਕ ਹੁੰਦੇ ਆ, ਇੱਕ ਤੋਂ ਉਹਨਾਂ ਨੂੰ ਥੋੜੀ ਤਾੜਨਾ ਹੋ ਜਾਂਦੀ ਹੈ ਵੀ ਜੇਕਰ ਅਸੀਂ ਗਲਤੀ ਕੀਤੀ ਤੇ ਸਾਡੇ ਵਿਰੁੱਧ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਵੀ ਜਿਹੜੇ ਸਾਡੇ ਵਿਰੁੱਧ ਐਕਸ਼ਨ ਲੈ ਸਕਦੀਆਂ, ਇੱਕ ਤੇ ਇਹ ਤਾੜਨਾ ਹੋ ਜਾਂਦੀ ਹੈ। ਦੂਸਰਾ ਜਿਵੇਂ ਹੁਣ ਮੈਂ ਵੀਡੀਓ ਨਾ ਪਾਉਂਦਾ ਹੈ ਨਾ, ਸੰਗਤ ਵੀਡੀਓ ਨਾ ਸ਼ੇਅਰ ਕਰਦੀ ਤੇ ਮਿਲਣਾ ਨਹੀਂ ਸੀਗਾ ਭਰਾ।
ਸਰਦਾਰ ਜੀ ਹਮਾਰਾ ਸਮਾਨ ਹਮ ਸ਼ਰਾਧ ਕਰਨ ਕੀ ਤਿਆਰੀ ਥੇ ਹਮ ਪੰਡਿਤ ਹੂੰ ਮਗਰ 12 ਸਾਲ ਕੋਈ ਨਹੀਂ ਹੈ 13 ਸਾਲ ਹਮ ਸੂਰਜ ਸ਼ਰਾਧ ਕਰਨ ਕੇ ਲਈ ਤਿਆਰ ਹੋ ਜਾਤੇ ਹੈ ਬੜੀ ਵਿਧੀ ਹੋਤਾ ਹਮ ਸਭ ਤੋਂ ਸਰਦਾਰ ਸਰੂ ਜੀ ਕਰਦੇ ਰੁਕ ਜਾ ਪੁੱਤ 2 ਸਾਲ ਔਰ 3 ਸਾਲ ਹਰ ਦਮ ਆਤੇ ਜਾਤਾ ਰਹਾ ਹਮ ਜੰਮ ਪੰਡਤ ਹੈ ਹਾਂਜੀ ਅੱਜ ਦੱਸਦੇ ਆ ਹਾਂ ਜਾਦੇ ਪੰਡਤ ਹੈ ਇਹ ਕੀ ਕਰਦੇ ਆ ਕਿ ਇਹ ਤੇ ਹੂਲੀਆ ਬੰਦੇ ਦਾ ਬਦਲਾ ਦਿੰਦੇ ਆ ਧਰਮ ਬਦਲਾ ਦਿੰਦੇ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਧਰਮ ਤੋਂ ਆਏ ਸਰਵਣੇ ਦੇ ਹੱਥ ਧਵਾਈ ਦੇ ਚਲੋ ਜੀ ਭਾਈ ਧੰਨਵਾਦ ਹੁਣ ਆ ਹੁਣ ਇੱਥੇ ਬੰਦੇ ਹੈਗੇ ਆ ਆ ਵੀ ਛਡਵਾਇਆ ਵਾ ਠੀਕ ਹੈ ਜੀ ਇਹ ਉੱਥੋਂ ਛਡਵਾਇਆ ਵਾ ਗੁਜਰਾਤ 'ਚ ਛਡਾਇਆ ਠੀਕ ਹੈ ਜੀ ਜਿਹੜੇ ਆਹ ਬੰਦੇ ਆ ਇਹ ਵੀ ਛਡਵਾਇਆ ਉਹ ਵੀ ਛਡਵਾਇਆ ਠੀਕ ਹੈ ਜੀ ਇੱਥੋਂ ਜ਼ਿਆਦਾਤਰ ਮਤਲਬ ਅੱਧੇ ਬੰਦੇ ਛਡਵਾਏ ਹੀ ਆ ਠੀਕ ਹੈ ਜੀ ਦਹਾਂ 'ਚੋਂ 5 ਬੰਦੇ ਛਡਵਾਏ ਹੀ ਆ ਕੋਈ ਕਿਤੋਂ ਛਡਵਾਇਆ ਕੋਈ ਕਿਤੋਂ ਛਡਵਾਇਆ ਆ ਜਾਓ ਚੱਲ ਆ ਜਾ ਉੱਠ ਹਾਂ ਰੱਖ ਦੇ ਇੱਥੇ ਚੱਲ ਆ ਜਾਂਦਾ ਹੱਥ ਧੋਲਾ ਹੁਣ ਉਹਨੂੰ ਥੋੜ੍ਹੀ ਪਤਾ ਵਿਚਾਰੇ ਨੂੰ ਵੀ ਕਿਹੜੀ ਦੁਨੀਆ 'ਚ ਮੈਂ ਫਿਰਨ ਡਿਆ ਉਹ ਤਾਂ ਹੁਣ ਆਪਣੇ ਹੱਥ ਵਾਸਤਾ ਵੀ ਇਹਨੂੰ ਕਿੱਦਾਂ ਇਹਨੂੰ ਰੱਖਣਾ ਭਾਵੇਂ ਇਹਨੂੰ ਹੁਣ ਮੈਂ ਵੀ ਇੱਥੇ ਇਹਨੂੰ ਡੰਗਰਾਂ ਵਾਂਗੂ ਰੱਖ ਲਿਆ ਹਨਾ ਤੇ ਇੱਕ ਤਾਂ ਦਿਮਾਗੀ ਪਹਿਲਾਂ ਅਪਸੈਟ ਆ ਉਹ ਮੰਨਦੇ ਹੀ ਨਹੀਂ ਸੀ ਉੱਥੇ ਜਿੱਥੇ ਤੁਸੀਂ ਵੀਡੀਓ ਗਏ ਤੁਸੀਂ ਉਹ ਮੰਨਦੇ ਹੀ ਨਹੀਂ ਸੀ ਹਾਂ ਇੱਕਦਾਂ ਦਾ ਵੀ ਮੈਨੂੰ ਕੋਈ ਬੰਦਾ ਛੱਡ ਕੇ ਗਿਆ ਦੂਜਾ ਦਾ ਨਹੀਂ ਇਹ ਤਾਂ ਆਪ ਦੀ ਆਪ ਆਇਆ ਉਹੀ ਨਾ ਝੂਠ ਦੇ ਮੁਝੇ ਆਤਾ ਨਹੀਂ ਸਭ ਨੇ ਸਰਦਾਰ ਨੇ ਦੂਸਰੇ ਸਰਦਾਰ ਸੇ ਡਲਵਾਏ ਅੱਛਾ ਸਮਝਾ ਉਸੇ ਡਲਵਾਏ ਤਾਂ ਫਿਰ ਇਹ ਲੜਕਾ ਪਾਸ ਗਿਆ ਇੱਕ ਲੜਕਾ ਔਰ ਤਾਂ ਖੋਜ ਇਸਕੇ ਭਤੀਜੇ ਉਹ ਸਭ ਖੋਜਾ ਹਮ ਮੋਗਾ ਸੋਗਾ ਨਾਮ ਯਾਦ ਆ ਗਿਆ ਫਿਰ ਸਰਦਾਰ ਇਹ ਮੁੰਡਾ ਖੋਜਾ ਸਭ ਫਿਰ ਤੁਹਾਡੇ ਕੋਲ ਵੀਡੀਓ ਇੰਨਾ ਪਹੁੰਚਾਈ ਕਿ ਜਾਂ ਤੁਹਾਡੇ ਤੋਂ ਆਪਣੇ ਪਹਿਲਾਂ ਇਹਨੂੰ ਦੱਸਿਆ ਮੈਨੂੰ ਐਂ ਕਰਕੇ ਆਏ ਰਤਨ ਸਿੰਘ ਫਲਾਨਾ ਹਾਂਜੀ ਮੈਂ ਤੁਹਾਡਾ ਸੱਚ ਦੇ ਅੱਗੇ ਹੁਣ ਵੀਡੀਓ ਦੇਖਦੇ ਰਹਿੰਦਾ ਬਾਹਰ ਅੰਦਰ ਕੁੜੀਆਂ ਤੁਸੀਂ ਹਾਂਜੀ ਛਡਾਉਂਦੇ ਆ ਹਾਂਜੀ ਮੈਂ ਕਿਹਾ ਬਾਬਾ ਜੀ ਤਾਂ ਉਹੀ ਲੱਗਦੇ ਆ ਅੱਛਾ ਤੇ ਫਿਰ ਦੇਖਿਆ ਮੈਨੂੰ ਇੱਕ ਮੇਰੇ ਲੜਕਾ ਆਪ ਹੀ ਕੰਮ ਕਰਦਾ ਉਹ ਦੋ ਪਰਸੇ ਫਿਰ ਉਸਕੋ ਮਿਲਾ ਥਾ ਪੇਜ ਤੋਂ ਮੈਸੇਜ ਕੀਤੇ ਅੱਛਾ ਆ ਤੁਸੀਂ ਰਾਤ ਮੈਸੇਜ ਕੀਤਾ ਸੀਗਾ ਵੀ ਇਸ ਬੰਦੇ ਨੂੰ ਦਾ ਮੈਨੂੰ ਪਤਾ ਵਾ ਤੇ ਉਸ ਟਾਈਮ ਮੈਂ ਨਾ ਡਰਾਈਵ ਕਰ ਰਿਹਾ ਸੀਗਾ ਮੈਨੂੰ ਸੀਗਾ ਵੀ ਤੁਹਾਡੇ ਨਾਲ ਮਤਲਬ ਕਿ ਪੂਰੀ ਗੱਲ ਕਰਨੀ ਪੈਣੀ ਆ ਤੇ ਮੈਂ ਉਦੋਂ ਨਾ ਡਰਾਈਵ ਕਰਦਾ ਪਿਆ ਮੈਂ ਰਾਤ ਕਾਫੀ ਲੇਟ ਆਇਆ ਵਾਂ ਤਾਂ ਮੈਂ ਤੁਹਾਨੂੰ ਕਿਹਾ ਵੀ ਮੈਂ ਤੁਸੀਂ ਮੈਸੇਜ ਤੇ ਮੈਸੇਜ ਕਰੀ ਜਾਂਦੇ ਮੈਂ ਤਾਂ ਤੁਹਾਨੂੰ ਕਿਹਾ ਮੈਂ ਫ੍ਰੀ ਹੋ ਕੇ ਤੁਹਾਨੂੰ ਫੋਨ ਲਾਉਣਾ ਰਾਤ ਫਿਰ ਹਨੇਰਾ ਜ਼ਿਆਦਾ ਹੋ ਗਿਆ ਮੈਂ ਹੁਣ ਤੁਸੀਂ ਸੌਂ ਗਏ ਹੋਣੇ ਆ ਤਾਂ ਮੈਂ ਦਿਨੇ ਤੁਹਾਡਾ ਨੰਬਰ ਕੱਢ ਕੇ ਵਿੱਚੋਂ ਤੇ ਮੈਂ ਤੁਹਾਨੂੰ ਤੁਹਾਨੂੰ ਫੋਨ ਲਾਇਆ ਸੀਗਾ ਵੀਰੇ ਜੀ ਤੁਸੀਂ ਕਾਲ ਕਰ ਰਹੇ ਸੀ ਆ ਜਾਓ ਆ ਜਾਓ ਉੱਥੇ ਆ ਜਾਓ ਬਹਿਨੇ ਉੱਥੇ ਚੱਪਲ ਮੈਂ ਕਿੱਥੇ ਰੱਖ ਲਈ ਚੱਪਲ ਕਿੱਥੇ ਲਾ ਲਈ ਹਾਂ ਚੱਲ ਆ ਜਾਓ ਹੱਥ ਧੋ ਕੇ ਆ ਜਾ ਭਰਾ ਨੂੰ ਮਿਲਣਾ ਨਹੀਂ ਆ ਹੈ ਬਾਈ ਕੋ ਮਿਲਣਾ ਨਹੀਂ ਆ ਮਾਂ ਲਿਖਿਆ ਸੀ ਬਹੁਤ ਤਗੜਾ ਸਰਦਾਰ ਜੀ ਅਸੀਂ ਮਿਲ ਕੇ ਇਹਨਾਂ ਬਾਲੀਬੁਲੀ ਵਾਲ ਖੇਡਦਾ ਜੀ ਅੱਛਾ ਹਾਂ ਵੋਲੀਬਾਲ ਦਾ ਟੌਪ ਕੇ ਪਲੇਅਰ ਥਾ ਅੱਛਾ ਮਾਰਦੇ ਤਾਂ ਮਤ ਵੀ ਬੱਚੇ ਬੱਚੇ ਚਲੇ ਜਾਂਦੇ ਹਾਂ ਵੀ ਸਰਦਾਰ ਘਰ ਹਾਂ ਸਭ ਆਹਨ ਜਾਏ ਤੁਸੀਂ ਵੀ ਇਹਨੂੰ ਪੁਰਾਣੇ ਜਾਣਦੇ ਇਹ ਤਾਂ ਬੱਚੇ ਜਾਂਦੇ ਅੱਛਾ ਇਹ ਮੇਰਾ ਪੋਤਾ ਅੱਛਾ ਜੀ ਪੋਤਰਾ ਇਹ ਆਰਮੀ ਚ ਮੁੰਡਾ ਇਹ ਆਰਮੀ ਚ ਅੱਛਾ ਜੀ ਇਹ ਤਾਂ ਮੈਂ ਵੀ ਜਾਣਾ ਚੱਲ ਚੱਲ ਆ ਜਾ ਜੰਦਰ ਕੋਈ ਬਾਤ ਨਹੀਂ ਕੋ ਚਲੋ ਧੰਨਵਾਦ ਤੁਹਾਡਾ ਅੱਜ ਚਿੰਤਰ ਆ ਜਾਓ ਆ ਜਾਓ ਸਰ ਹੁਣ ਪਾਣੀ ਲੈ ਕੇ ਉਹਨੂੰ ਦੂਜੇ ਨੂੰ ਕਹਿ ਦੇ
ਬੈਠ ਜਾਓ, ਆ ਜਾਓ ਬੈਠ ਜਾਓ। ਅੱਛਾ ਜੀ, ਪੰਦਰਾਂ ਸਾਲ ਬੱਚਾ ਜੰਮ ਕੇ ਤੇ ਜਵਾਨ ਹੋ ਜਾਂਦਾ ਪੰਦਰਾਂ ਸਾਲਾਂ ਚ। ਹਾਂਜੀ, ਵਿੱਚ ਇੱਥੇ ਚੇਅਰ ਫੜੀ, ਇੱਥੋਂ ਚੇਅਰ ਫੜੀ ਮਾਰੋ। ਆਹ ਹੁਣ ਆਹ ਬੰਦਾ ਵਾ, ਇਹਨੂੰ ਆ ਮੁਕਤਸਰ ਦਾ ਪਿੰਡ ਥਾਂਦੇ ਵਾਲਾ ਉੱਥੋਂ ਛੁਡਵਾਇਆ। ਸੱਤ ਸਾਲ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ। ਹਾਂਜੀ, ਪਤਾ ਨਹੀਂ, ਮਤਲਬ ਕਿ ਇਹਦੀ ਹੁਣ ਆ ਭੈਣ ਇੱਕ ਬਿਹਾਰ ਤੋਂ ਥੋੜ੍ਹੇ ਦਿਨ ਹੋ ਗਿਆ ਮੋਤੀਹਾਰੀ। ਹਾਂਜੀ, ਗ੍ਰਾਮ ਹਟਵਲੀ ਆਈ ਤੋ ਰਿਕੋ ਕੁਛ ਨਾ ਕੁਛ ਬੋਲ ਰਹਾ ਥਾ ਜੀ। ਹਟਵਲੀਆ ਗਾਂਵ ਕਾ ਨਾਮ ਹੈ, ਪਿਤਾ ਜੀ ਆਪਣੇ ਬਦਰੀ ਹੋ ਜਾਏ, ਮੋਤੀਹਾਰੀ ਜ਼ਿਲ੍ਹਾ, ਮੋਤੀਹਾਰੀ ਕੇ ਬਾਪੂ ਧਾਮ ਵੀ ਕਹਤੇ, ਮੋਤੀਹਾਰੀ ਵੀ ਕਹਤੇ, ਚੰਪਾਰਨ ਵੀ ਕਹਤੇ ਉਸਕੋ। ਆਪਕਾ ਕਾਮ ਕਿਆ ਕਰਤੇ ਹੋ ਆਪ? ਜੀ ਮੈਂ ਇਹ ਸਵੈਟਰ ਟੀ ਸ਼ਰਟ ਬਣਤਾ ਹੈ। ਇਹ ਵੀ ਟੀ ਸ਼ਰਟ? ਹਾਂ ਟੀ ਸ਼ਰਟ। ਸੇਲ ਕਰਤੇ ਹੋ? ਨਹੀਂ ਨਹੀਂ, ਬਣਤੀ ਹੈ। ਅੱਜ ਹੀ ਮੈਂ ਗੱਲ ਕਰਨ ਡਿਆ ਸੀ ਇਹਦੇ ਨਾਲ। ਕਹਿੰਦਾ ਕਿ ਫੈਕਟਰੀ ਦੇ ਵਿੱਚੋਂ ਆਪਾਂ ਕਿਤੋਂ ਪਤਾ ਕਰੀਏ ਵੀ ਆਪਾਂ ਟੀ ਸ਼ਰਟਾਂ ਜਾਂ ਕੱਪੜੇ ਇਹਨਾਂ ਵਾਸਤੇ ਫੈਕਟਰੀ 'ਚੋਂ ਲੈ ਕੇ ਆਈਏ। ਮੈਂ ਚੰਗਾ ਭਲਾ ਵਾਂ ਜਾਂ ਭਾਜੀ ਹੁਣੀ ਚੰਗੇ ਭਲੇ ਆ, ਇਹਨਾਂ ਨੂੰ ਕਿਤੇ ਮਹੀਨਾ ਇੱਕ ਰੱਖ ਕੇ ਕਿਤੇ ਬੰਦਾ ਜ਼ਬਰਦਸਤੀ ਇਹਨਾਂ ਤੋਂ ਕੰਮ ਕਰਾਵੇ, ਖਾਣਾ ਪਾਣੀ ਵੀ ਆਪਦੀ ਮਰਜ਼ੀ ਨਾਲ ਦੇਵੇ, ਹੈ ਨਾ। ਸਾਲ 50 ਮੱਝਾਂ ਮੱਝਾਂ ਸੀ ਉਹਨਾਂ ਕੋਲੋਂ, ਕਹਿੰਦੇ ਕਹਿੰਦਾ ਮੈਨੂੰ ਕਦੀ ਗਲਾਸ ਦੁੱਧ ਨਹੀਂ ਦਿੱਤਾ ਉਹਨਾਂ, ਕਿ ਤਾਂ ਹੁਣ ਕਿੰਨੇ ਸਾਲ ਉਹਨਾਂ ਕੋਲ ਰਿਹਾ। ਸਰ ਪਾਣੀ ਫੜੀ, ਉਦੋਂ ਲੜਾਈ ਪਈ ਸੀ, ਗੁੱਸਾ ਲੱਗਦਾ ਨਾ ਉਦੋਂ, ਵੀ ਨਾਲੇ ਚੋਰ ਤੇ ਨਾਲੇ ਚਦਰ। ਇਹ ਤੇ ਨਾ ਕੀ ਸੀਗਾ, ਇਹ ਤੇ ਉਹਨੇ ਹੀ ਬੰਦੇ ਨੇ, ਚਲੋ ਹੁਣ ਮੈਂ ਕੀ ਆਖਾਂ, ਉਹਦਾ ਕਰਕੇ ਅਸੀਂ ਨਾ ਜ਼ਿਆਦਾ ਨਹੀਂ ਬੋਲੇ ਅਸੀਂ ਨਾ, ਹੁਣ ਡਿਸੀਜਨ ਹੀ ਬਦਲ ਦਿੱਤਾ। ਅੱਗੇ ਕੀ ਹੁੰਦਾ ਸੀ ਵੀ ਅਸੀਂ ਪੰਚਾਇਤ ਸੱਦਦੇ ਸੀ ਪਿੰਡ ਦੀ, ਪੰਚਾਇਤ ਨੇ ਇੱਕੋ ਗੱਲ ਕਹੀਦੀ ਸੀ ਵੀ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਜੋ ਤੁਸੀਂ ਫੈਸਲਾ ਕਰ ਦੋਗੇ ਸਾਨੂੰ ਮਨਜ਼ੂਰ ਆ, ਅਤੇ ਹਿਸਾਬ ਲਾ ਲਓ ਕਿ ਕਿੰਨੇ ਸਾਲ ਕੰਮ ਕੀਤਾ, 6 ਮਹੀਨੇ ਕੰਮ ਕੀਤਾ, ਉਹ ਵੀ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਹੋ ਸਕਦਾ ਕੰਮ ਜ਼ਿਆਦਾ ਚਿਰ ਕੀਤਾ ਹੋਵੇ। ਉਹ ਕਹਿੰਦਾ ਵੀ 11,000 ਰੁਪਇਆ ਤੁਹਾਨੂੰ ਇਹਨਾਂ ਦਾ ਦਵਾਵਾਂਗੇ, ਇਹਦਾ ਮਿਹਨਤ ਆ ਨਾ, ਅਤੇ ਸ਼ਰਤ ਸਾਡੀ ਇਹ ਹੋਈ ਸੀ ਜੇ ਤੇਰਾ ਪਰਿਵਾਰ ਮਿਲ ਗਿਆ ਪਰਿਵਾਰ ਨੂੰ ਦੇ ਦਾਂਗੇ, ਜਾਂ ਇੱਥੇ ਕਿਸੇ ਭੈਣ ਦਾ ਵਿਆਹ ਕਰਨਾ ਸੀ ਉਹਨੂੰ ਦੇ ਦਾਂਗੇ, ਹੈ ਨਾ। ਚਲੋ ਭੈਣ ਦੇ ਵਿਆਹ 'ਤੇ ਸਾਡੀ ਉੱਥੇ ਮਤਲਬ ਕਿ ਉਹ ਨਹੀਂ ਪਰਿਵਾਰ ਸਹੀ, ਉਹ ਨਸ਼ੇ ਕਰਦਾ ਉਹਦਾ ਪਿਓ, ਅਸੀਂ ਉੱਥੇ ਹਾਂ ਨਹੀਂ ਕੀਤੀ। ਇਹਦਾ 11,000 ਉਹਨਾਂ ਕਿਹਾ ਸੀਗਾ, ਕਿਉਂਕਿ ਜਦੋਂ ਅਸੀਂ ਪੰਚਾਇਤ ਨੂੰ ਇਹ ਗੱਲ ਕਹਿ ਦਿੱਤੀ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਡਿਸੀਜਨ ਲੈ ਲਿਓ, ਸਾਨੂੰ ਮਨਜ਼ੂਰ ਹੋਊ, ਉਹ ਫਿਰ ਗੱਲ 'ਤੇ ਫਿਰ ਤੁਹਾਨੂੰ ਪਤਾ ਫੁੱਲ ਵੀ ਚੜਾਉਣੇ ਪੈਂਦੇ ਆ। ਹੁਣ ਪਰ ਅਸੀਂ ਆਪਣਾ ਹੁਣ ਸੰਗਤ ਵੀ ਇਤਰਾਜ਼ ਕਰਦੀ ਹੈ ਵੀ ਪੰਚਾਇਤਾਂ ਹਮੇਸ਼ਾ ਹੀ ਆਪਣੀਆਂ ਵੋਟਾਂ ਵੇਂਦੀਆਂ, ਠੀਕ ਹੈ ਜੀ, ਤੁਸੀਂ ਆਪਣੇ ਤਰੀਕੇ ਨਾਲ ਚੱਲੋ, ਜਾਂ ਤਾਂ ਇਹਦਾ ਪੂਰਾ ਮਿਹਨਤ ਨਾਲ ਦਵਾਇਆ ਕਰੋ ਬੰਦੇ ਦਾ, ਜਾਂ ਫਿਰ ਕਾਰਵਾਈ ਕਰਾਇਆ ਕਰੋ ਵੀ ਆ ਤਾਂ ਤੁਸੀਂ ਮਤਲਬ ਅਗਲੇ ਨੂੰ ਇੱਕ ਸਾਲ ਮੂੰਹ ਕਾਲਾ ਕਰਾਉਣੀ ਆ ਵੀ ਹੁਣ ਪਤਾ ਨਹੀਂ ਸਾਲ ਕੰਮ ਕੀਤਾ ਕਿੰਨਾ ਚਿਰ, ਵੀ 11,000 ਕਿਹਾ ਸੀ ਅਤੇ 8,000 ਰੁਪਇਆ ਦਿੱਤਾ ਇਹਨਾਂ ਨੇ। ਰੋਣਾ ਵਾਹਿਗੁਰੂ ਮਿਹਰ ਕਰੇ, ਤੁਹਾਨੂੰ ਤੁਹਾਡਾ ਪਰਿਵਾਰ ਮਿਲ ਗਿਆ, ਹੋਰ ਅੱਜ ਤੇ ਤੁਹਾਡੇ ਵਾਸਤੇ ਇੱਕ
ਤੇ ਉਹਦੇ ਨਾਲ ਇਹ ਤੋਂ ਮੈਂ 50 ਕਿੱਲਿਆਂ ਦੀ ਤੂੜੀ ਸੀ ਇਹਨੇ ਇਕੱਲੇ ਨਹੀਂ ਮਤਲਬ ਇਸੇ ਨਹੀਂ ਲਿਖਤੀ ਸੀਗੀ। ਆਪ ਵੇਖੋ ਕਿੱਡੇ ਉਹ ਹਟੇ ਕਟੇ ਕਿੱਡੇ ਨਵੇਂ ਨਵੇਂ ਕੱਪੜੇ ਪਾਏ ਉਹਨਾਂ ਜਾਮ ਚਮ ਜੀ ਜੀ ਲਗਾ ਨਾ ਸੰਪੀਏ ਨੇ ਕ੍ਰਿਕਟ ਮੇਂ ਇਸਕੇ ਜੈਸੇ ਪਾਪ ਮਨਿਆਦ ਹੋਣੇ ਪੇ ਵੋਲੀਬਾਲ ਖੇਲਾ ਲੂ ਸਤਨ ਖੇਲਾ ਲੂ ਕਹਿ ਰਹੇ ਸਭ ਕੁਝ ਖੇਲਾ ਲੂ ਪੜ੍ਹਾਈ ਕੁਛ ਲਿਖਾਈ ਪੇ ਸਭ ਮੇਂ ਨਾ ਹਮ ਸਭ ਭਾਈ ਮੈਂ 6 ਫੁੱਟ ਕੇ ਜਾਵਾਂ ਹਾਈ ਲੰਬਾ ਤਾਂ ਕੋਈ ਬੋਲਤਾ ਤਾਂ ਸਰਦਾਰ ਆਤੇ ਜਾ ਤੁਮਕੋ ਤਾਂ ਬੇਟਾ ਸੇ ਇਹਨੇ ਛੋਟਾ ਸਾ ਮੁੱਛ ਨਹੀਂ ਬਤਾ ਦੇਖ ਬੁੜੇ ਹੋ ਗਏ ਬਾਲ ਜਦ ਇਹਨੂੰ ਖੁਸ਼ਤੇ ਖੁਸ਼ ਜੇ ਮੁਝੇ ਹਾਂ ਇੱਥੇ ਉੱਤੇ ਬਹਿ ਜਾ ਇੱਥੇ ਬਹਿ ਉੱਤੇ ਬੈਠ ਮੇਰੇ ਕੋਲ ਤਾਂ ਸਾਰੇ ਇੱਦਾਂ ਦੇ ਆ ਕੋਈ ਕਦੋਂ ਦਾ ਕੋਈ ਕਿਤੋਂ ਦਾ ਫੁੱਲ ਗਿਆ ਕੋਈ ਗੱਲ ਨਹੀਂ ਬਹਿ ਜਾ ਇੱਥੇ ਇਹ ਹੈਗਾ ਤਾਂ ਪੰਜਾਬੀ ਆ ਪਰ ਇਹਦਾ ਨਾ ਦਿਮਾਗ ਪੂਰਾ ਸਹੀ ਨਹੀਂ ਆ ਬੋਲਿਆ ਨਹੀਂ ਜਾਂਦਾ ਪੂਰਾ ਚੰਗੀ ਤਰ੍ਹਾਂ ਠੀਕ ਹੈ ਜੀ ਜਿਵੇਂ ਮਸਤਾਨਾ ਲਾ ਲਓ ਹੈ ਨਾ ਮਤਲਬ ਕਿ ਦਿਮਾਗੀ ਅਪਸੈਟ ਆ ਥੋੜ੍ਹਾ ਜਿਹਾ ਬੋਲਦਾ ਪੰਜਾਬੀ ਆ ਪਰ ਇਹਦਾ ਕੁਛ ਪਤਾ ਨਹੀਂ ਲੱਗਾ ਹਜੇ ਤੱਕ ਵਾਹਿਗੁਰੂ ਨੇ ਲਾਜ ਰੱਖ ਲਈ ਮੈਂ ਕਿਹਾ ਪਰਿਵਾਰ ਤੇ ਲੱਭਿਆ ਹੀ ਲਓ ਜਰੋ ਇਹਦੀ ਵੀਡੀਓ ਪੈ ਗਈ ਅੱਛਾ ਜੀ ਅੱਛਾ ਦੱਸਿਆ ਉਹਨਾਂ ਨੂੰ ਬਤਾਇਆ ਉਹਨਾਂ ਕੋ ਕੋਈ ਨਹੀਂ ਬਤਾਇਆ ਜੋ ਲੜਕਾ ਆਪ ਜੈਸੇ ਹੈ ਨਾ ਜੈਸੇ ਆਪ ਸੰਸਥਾ ਹੈ ਉਹ ਪਹਿਲੇ ਜਿਸ ਨੇਪਾਲ ਸੇ ਬਦੂ ਉਸਕੋ ਮਿਲਾ ਹੈ ਸਭ ਉਸਕੇ ਬਹੁਤ ਫੋਲੋਅਰ ਹੈ ਤੋ ਹਮਕੋ ਫੋਨ ਕੀ ਚਾਚਾ ਅਜੇ ਚਾਚਾ ਮਿਲ ਗਿਆ ਪਿਟਿਆ ਚਾਚਾ ਓਕੇ ਮਿਲ ਗਿਆ ਤੇ ਚਾਚਾ ਕਿਸੇ ਮਿਲ ਗਿਆ ਝੂਠ ਹਮ ਤੋ ਮਜ਼ਾਕ ਕਿਉਂ ਕਰਤਾ ਹੈ ਕਿ ਚਾਚਾ ਕੁਝ ਖਿਲਾਏ ਪਿਲਾਏ ਨਹੀਂ ਸਹੀ ਬਾਤ ਤੂੰ ਭੇਜ ਤੋ ਹਮਕੋ ਭੇਜਾ ਹਮਕੋ ਤੋ ਮੈਂ ਪਹਿਚਾਨ ਨਹੀਂ ਘਰ ਕੇ ਬੁੜੀਆ ਰੋਣੇ ਲੱਗੀ ਤਮ ਇਸਕੋ ਭੇਜਣ ਲੱਗਾ ਤੂੰ ਕਿਸਕੇ ਇਹ ਲੜਕੇ ਤੇ ਇਹ ਕੁਝ ਹਾਂ ਇਹ ਵੀ ਪਹਿਚਾਨ ਗਿਆ ਤਬ ਤੋ ਪੂਰਾ ਬਾਇਓਡਾਟਾ ਨਿਕਾਲਾ ਲੜਕਾ ਹੈ ਤੋ ਪੂਰਾ ਬਾਇਓਡਾਟਾ ਇਨਕੋ ਮੈਂ ਭੇਜਾ ਲੜਕਾ ਇਨਕੇ ਭਤੀਜਾ ਜੋ ਆਈਸ ਤਿਆਰ ਕਰਦਾ ਉਹ ਪੂਰਾ ਬਾਇਓਡਾਟਾ ਆਪਣੇ ਨਾਮ ਕਰ ਘਰ ਵਾਲੇ ਬਹੁਤ ਖੁਸ਼ ਹੋਣੇ ਹਾਂ ਘਰ ਵਾਲੇ ਬੁੜੀਆਂ ਰੋ ਰਹੀ ਹੈ ਸਭ ਦੇਖੇ ਚਿਹਰਾ ਦੇਖਿਆ ਚਿਹਰਾ ਪਤਾ ਹੈ ਨਾ ਕਿਸੇ ਚਿਹਰਾ ਦਾ ਹਾਂ ਨਹੀਂ ਇਹ ਨਾ ਅਸਲ ਦੇ ਵਿੱਚ ਕਈ ਚੀਜ਼ਾਂ ਸਾਡੇ ਹੱਥ ਵੱਸ ਵੀ ਨਹੀਂ ਹੁੰਦੀਆਂ ਮਤਲਬ ਅਸੀਂ ਸਿਰਫ ਵੀਡੀਓ ਬਣਾ ਕੇ ਪਾ ਸਕਦੇ ਹਾਂ ਉਹ ਸੰਗਤ ਦੀ ਮਿਹਰਬਾਨੀ ਆ ਸੰਗਤ ਦੀ ਜਿਨ੍ਹਾਂ ਨੇ ਸੰਗਤ ਨੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਨਾ ਜੀ ਕਿਉਂਕਿ ਜੇ ਵੀਡੀਓ ਆਪਾਂ ਗਾਂਹ ਦੀ ਗਾਂਹ ਹੁਣ ਮੰਨ ਲਓ ਮੇਰਾ ਭਰਾ ਗਵਾਚਾ ਵਾ ਮੈਂ ਵੀਰ ਜੀ ਉਹਨਾਂ ਨੂੰ ਕਹਿ ਦਿੱਤਾ ਕਿ ਮੇਰਾ ਭਰਾ ਗਵਾਚਾ ਵਾ ਯਾਰ ਜੇਕਰ ਤੁਹਾਨੂੰ ਕੋਈ ਨੌਲੇਜ ਮਿਲੇ ਖਬਰ ਮਿਲੇ ਤਾਂ ਤੁਸੀਂ ਸਾਨੂੰ ਦੱਸਿਓ ਇਹਨਾਂ ਨੇ ਗਾਂਹ ਕਹਿਤਾ ਇੱਦਾਂ ਸੰਗਤ ਨੇ ਵੀਡੀਓ ਸ਼ੇਅਰ ਹੀ ਬਹੁਤ ਜ਼ਿਆਦਾ ਕੀਤੀ 30 ਲੱਖ ਬੰਦੇ ਨੇ ਵੀਡੀਓ ਵੇਖ ਲਈ ਸੀ ਮੈਂ ਬੋਲਾ ਕਿ ਲੂ ਕਰਤਾ ਮਰ ਗਿਆ ਮਰ ਗਿਆ ਮੈਂ ਕਹਿੰਦਾ ਇਸ ਬਹੁਤ ਬੁੱਧੀ ਹੈ ਬਹੁਤ ਬੁੱਧੀ ਹੈ ਇਹ ਮਰਨੇ ਵਾਲਾ ਨਹੀਂ ਉਹ ਰਾਲ ਹੈ ਹਰ ਖੇਤਰ ਮੈਂ ਸਰਦਾਰ ਦੇ ਪਿੱਛੇ ਕਹਾਰੇ ਕਿ ਨਹੀਂ ਹਰ ਖੇਤਰ ਮੈਂ ਮੰਗ ਕੇ ਖਾ ਵੀ ਲੇਗਾ ਪੜ੍ਹ ਵੀ ਲੇਗਾ ਆਪਣੇ ਬੱਚੇ ਮੈਟੀ ਤੋਂ ਪੜ੍ਹਾ ਵੀ ਦੇਗਾ ਸਭ ਬੁੱਧੀ ਹੈ ਲੇਕਿਨ ਹੁਣ ਜ਼ਿੰਮੇਵਾਰੀ ਦੱਸਾਂ ਜੀ ਇਹਦੀ ਜ਼ਿੰਮੇਵਾਰੀ ਨਾ ਸਾਰੇ ਭਰਾਵਾਂ ਦੀ ਇਹਦੀ ਜ਼ਿੰਮੇਵਾਰੀ ਆਪ ਇਹਨੇ ਬਿਆਹ ਨਹੀਂ ਕਰਿਆ ਵਾਈ ਨਹੀਂ ਇਹ ਦਿਮਾਗੀ ਅਪਸੈਟ ਕਦੋਂ ਕਦਾ ਹੋਇਆ ਸੀਗਾ ਜੀ ਸਕੂਲ ਵਿੱਚ ਹੋ ਗਏ ਥੇ ਸਕੂਲ ਟਾਈਮ ਤੇ ਮੈਂ ਬਿਲਕੁਲ ਉਹਨਾਂ ਨੂੰ ਰਾਂਚੀ ਸਹੀ ਕਰਾ ਦਿੱਤੇ ਥੇ ਇਹ ਬਿਹਾਰ ਸੇ ਲੁਧਿਆਣਾ ਆ ਗਏ ਹਮਕੋ ਢੂੰਢ ਲੀਏ ਘਰ ਰਹਿਣ ਲੱਗੇ ਮੈਂ ਨਹੀਂ ਮੈਨੂੰ ਪਰ ਝਗੜਾ ਤਗੜਾ ਹੁੰਦਾ ਹੈ ਮੈਂ ਕਿਆ ਸਮਝੌਤਾ ਕਰਾਂਗੀ ਕਹਿੰਦੇ ਨਹੀਂ ਭਈ ਮਿਸੀ ਨੂੰ ਆਪ ਜਾਈਏ ਮੈਂ ਚਮਨ ਕਰਕੇ ਉਹ ਪਹਿਨਾ ਥਾ ਜੈਕਟ ਅਲਾ ਖਾਨੀ ਕੇ ਚੱਪਲ ਲਿਖੇ ਉਹ ਜੀ ਕਰਦੇ ਦਿਖਣੇ ਫਿਰਨੇ ਲੁਧਿਆਣਾ ਮੈਂ ਰਹਤੇ ਗੈਸ ਪੂਰਾ ਮੈਂ ਰਹਤੇ ਹੀਰੋ ਕੇ ਪਿੱਛੇ ਤੇ ਲਿਖ ਲਏ ਤਾਂ ਘਰ ਦੇ ਘੁੰਮ ਕੇ ਆਤੇ ਜਾਤੇ 4 ਭਾਈ ਹੈ ਇੱਕ ਭਾਈ ਖਾਣਾ ਪੀਤਾ ਚੱਲ ਗਿਆ ਉਹਦੀ ਮਿਲੇ ਹੀ ਨਹੀਂ ਤਾਂ ਮੇਰੇ ਪਾਸ ਫੋਰ ਗਿਆ ਪਿੰਡ ਮੈਂ ਗਿਆ ਮੈਂ ਤੁਰੰਤ ਬਾਏ ਹਵਾਇਆ ਮੈਂ ਖੋਜਾ ਸਿਰਫ ਚੌਕੀ ਮੈਂ ਗਿਆ ਉਸ ਨੂੰ ਗਿਆ ਤਾਂ 30 ਦਸੰਬਰ 2010 ਸਿਰਫ ਚੌਕੀ ਮੈਂ ਰਿਪੋਰਟ ਲਿਖਾਇਆ ਜੀ ਅਤੇ ਫੋਟੋ ਲਗਾ ਫੋਟੋ ਮੈਂ ਇਹੀ ਦਿਖਾ ਕਰਦੇ ਫੋਟੋ ਲਈ ਵਰਤਮਾਨ ਫੋਟੋ ਚਾਹੀਏ
ਕਲਚਰ ਪਤਾ ਨਹੀਂ ਹੈ, ਕੰਮ ਕਰਦਾ ਤਾਂ ਰੇਂਜ ਮੈਂ ਕ੍ਰਿਟੀਓ ਮੈਂ ਕੰਮ ਕਰਦੇ ਤੇ ਸਭ ਬਾਇਓਡਾਟਾ ਆਪਕੋ ਬਤਾ ਦੀ ਸਭ ਜਹਾਂ ਜਾ ਲੁਧਿਆਣਾ ਪੁਲਿਸ ਕੇ ਲੋਕ ਸਭ ਰੱਖਾ ਹੂੰ ਤੇ ਵਹਾਂ ਖੋਜਤੇ ਖੋਜਤੇ ਮੈਂ ਦੋ ਮਹੀਨਾ ਖੋਜਤੇ ਰਹਿ ਗਏ ਤਬ ਉਝਾ ਗੁਣੀ ਸਿਆਣੇ ਕੇ ਪਾਸ ਤਾਂ ਕੋਈ ਹਮ ਬੁਲਾ ਦੇਂਗੇ ਹਮ ਬੁਲਾ ਦੇਂਗੇ ਸਭ ਕੁਝ ਦਿੱਤੇ ਰਹਾ ਮੱਥਾ ਟਿਕਤੇ ਰਹਾ ਮਸਜਿਦ ਵੀ ਗਿਆ ਮੰਦਿਰ ਵੀ ਗਿਆ ਗੁਰਦੁਆਰਾ ਵੀ ਗਿਆ ਟਿਕਤੇ ਰਹਾ ਸਰ ਰਾਤ ਫੋਨ ਫੋਨ ਕਰਦਾ ਰਹਾ। ਚਲੋ ਵਾਹਿਗੁਰੂ ਮਿਹਰ ਕਰੇ, ਸ਼ੁਕਰ ਹੈ ਰੱਬ ਦਾ ਨਹੀਂ। ਚਲੋ ਵਾਹਿਗੁਰੂ ਦੀ ਮਿਹਰ ਮੈਨੂੰ ਕਿੱਦਾਂ ਪਤਾ ਲੱਗਾ ਕਿ ਹਰੀਕੇ ਪੱਤਣ ਤੋਂ ਇਹਦਾ ਨਾ ਅਸਲ ਦੇ ਵਿੱਚ ਇਸ ਬੰਦੇ ਬਾਰੇ ਮੈਨੂੰ 10-15 ਦਿਨ ਜਾਣਕਾਰੀ ਮਿਲਦੀ ਰਹੀ। ਅਸੀਂ ਉਸੇ ਵੇਲੇ ਨਹੀਂ ਜਾਂਦੇ, ਠੀਕ ਹੈ ਜੀ। ਹਰੀਕੇ ਪੱਤਣ ਤੋਂ ਇੱਕ ਬਜ਼ੁਰਗ ਸੀਗਾ, ਉਹਦਾ ਗਵਾਚਾ ਸੀ ਮੁੰਡਾ। ਵੇਖੋ ਕਿਸਮਤ, ਉਹਦਾ ਮੁੰਡਾ ਲੱਭਾ ਨਹੀਂ। ਉਹਨੂੰ ਕਿਸੇ ਨੇ ਦੱਸ ਪਾਈ ਵੀ ਮਖੂ ਜਿਹੜੇ ਹੁਣ ਉਹਨਾਂ ਦਾ ਮੈਂ ਨਾਂ ਨਹੀਂ ਲੈਣਾ ਜਿਹੜੇ ਮੱਝਾਂ ਰੱਖਦੇ ਆ, ਉਹਨਾਂ ਨੇ ਮਖੂ ਦੇ ਵਿੱਚ ਕੋਈ ਬੰਦਾ ਰੱਖਿਆ ਵਾ ਅਤੇ ਪਤਾ ਕਰਕੇ ਆ ਕਿ ਕਿਤੇ ਉਹ ਤੇਰਾ ਮੁੰਡਾ ਤਾਂ ਨਹੀਂ ਆ। ਉਹ ਵੇਖਣ ਗਿਆ, ਹਰੀਕੇ ਤੋਂ ਬੰਦਾ ਵਾ, ਉਹ ਵੇਖਣ ਗਿਆ। ਜਦੋਂ ਉਹਨੇ ਇੱਦਾਂ ਚੋਰੀ ਛਿੱਪੇ ਛਾਪਾ ਮਾਰਿਆ ਵੇਖਿਆ ਅਤੇ ਉਹ ਕਹਿੰਦਾ ਵੀ ਨਹੀਂ ਮੇਰਾ ਮੁੰਡਾ ਨਹੀਂ ਆ। ਵੇਖ ਆਇਆ ਉਹ, ਫਿਰ ਆਇਆ ਆਪਣੇ ਕੋਲ ਆਸ਼ਰਮ ਦੇ ਵਿੱਚ ਕਿ ਵੀਰ ਜੀ ਮੇਰਾ ਮੁੰਡਾ ਗਵਾਚਿਆ ਵਾ, ਮੇਰੀ ਇੱਕ ਵੀਡੀਓ ਬਣਾ ਕੇ ਪਾਓ। ਉਹ ਬੰਦਾ ਸਰਦਾਰ ਬੰਦਾ ਵਾ, ਉਹ ਵੀਡੀਓ ਦੇ ਵਿੱਚ ਨਾਲ ਵੀ ਹੈਗਾ ਜਿਹੜਾ ਸਰਦਾਰ ਬੰਦਾ ਬੋਲਣ ਡਿਆ ਸੀ, ਜਿਹੜਾ ਕਹਿੰਦਾ ਸੀਗਾ ਵੀ ਆਹ ਵੇਖੋ ਕਿੱਦਾਂ ਤੁਸੀਂ ਰੱਖਿਆ ਵਾ। ਹਾਂਜੀ ਠੀਕ ਹੈ ਜੀ, ਤੁਹਾਨੂੰ ਮੈਂ ਵੀਡੀਓ 'ਚ ਦਿਖਾ ਵੀ ਦਿੰਦਾ। ਅਤੇ ਹਾਂ ਬਾਬਾ ਉਹ ਸੀਗਾ ਉਹ, ਅਤੇ ਕੀ ਹੁੰਦਾ ਵਾ ਕਿ ਰੱਬ ਤੁਹਾਡਾ ਭਲਾ ਕਰੇ, ਉਹ ਜਦੋਂ ਆਪਣੇ ਕੋਲ ਆਸ਼ਰਮ 'ਚ ਆਉਂਦਾ ਵਾ ਕਹਿੰਦਾ ਮੇਰੇ ਮੁੰਡੇ ਦੀ ਵੀਡੀਓ ਬਣਾ ਕੇ ਪਾ, ਅਤੇ ਚਲੋ ਮੈਂ ਉਹਦੇ ਬਾਰੇ ਗੱਲਬਾਤ ਮੇਰੇ ਨਾਲ ਕਰਦਾ, ਤਾਂ ਕਹਿੰਦਾ ਵੀਰ ਇੱਕ ਭੁੰਨ ਦਾ ਕੰਮ ਵਾ ਇੱਕ। ਅਤੇ ਮੈਂ ਕਿਹਾ ਵੀਰੇ ਦੱਸੋ, ਕਹਿੰਦਾ ਯਾਰ ਇੱਕ ਮਖੂ ਇਹਨਾਂ ਨੇ ਲੋਕਾਂ ਨੇ ਬੰਦਾ ਰੱਖਿਆ ਇੱਕ, ਅਤੇ ਚੱਲ ਮੇਰਾ ਮੁੰਡਾ ਤਾਂ ਚੱਲ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਚੱਲ ਇਹਦਾ ਮਤਲਬ ਇਹ ਨਹੀਂ ਹੈ ਵੀ ਮੇਰਾ ਮੁੰਡਾ ਨਹੀਂ ਮਿਲਿਆ ਤਾਂ ਆਪਾਂ ਹੋਰ ਕਿਸੇ ਦੀ ਮਦਦ ਨਾ ਕਰੀਏ। ਯਾਰ ਕਹਿੰਦਾ ਚੱਲ ਉਹਨੂੰ ਤਾਂ ਛੜਾਈਏ ਆਪਾਂ। ਮੈਂ ਚਲੋ ਆਪਾਂ ਚੱਲ ਚੱਲਦੇ ਹਾਂ। ਮੈਂ ਕਿਹਾ ਮੈਨੂੰ ਉਸ ਚੀਜ਼ ਦਾ ਪਰੂਫ ਦੇ ਵੀ ਵਾਕਈ ਉਹਨਾਂ ਰੱਖਿਆ ਆਪਾਂ, ਵੀ ਭਾਅ ਜੀ ਨਜਾਇਜ਼ ਨਹੀਂ ਕਿਸੇ ਨਾਲ ਕਰਦੇ ਜਾਣ, ਇੱਦਾਂ ਜਾਂਦੇ ਨਹੀਂ ਹੈ ਨਾ। ਉਹ ਮੈਨੂੰ ਕਹਿੰਦਾ ਕਿ ਤੂੰ ਹੀ ਮੌਕਾ ਹੀ ਵੇਖ ਲੈਣਾ, ਜਾ ਕੇ ਮੌਕਾ ਵੇਖ ਲਿਓ, ਜੇਕਰ ਤੁਹਾਨੂੰ ਸਹੀ ਲੱਗੂਗਾ ਤਾਂ ਆਪਾਂ ਉੱਥੇ ਬੰਦਾ ਲਿਆਵਾਂਗੇ, ਜੇਕਰ ਤੁਹਾਨੂੰ ਗਲਤ ਲੱਗੂਗਾ। ਮੈਂ ਕਿਹਾ ਚੱਲ ਹਰੀਕਾ ਲਾਗੇ ਹੈਗਾ ਮਖੂ, ਆਪਾਂ ਜਾ ਕੇ ਮੌਕਾ ਵੇਖਾਉਂਦੇ ਹਾਂ। ਜਦੋਂ ਮੌਕੇ 'ਤੇ ਵੇਖਿਆ ਤਾਂ ਉਹਦੇ ਵਿਚਾਰੇ ਦੇ ਹਾਲਾਤ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਵੇਖੇ ਆ, ਠੀਕ ਹੈ ਜੀ, ਅਤੇ ਆਹ ਹਾਲਾਤ ਸੀ ਇਹਦੇ, ਆਹ ਬੰਦ ਆਹ ਸਿੰਘ ਨੇ ਦੱਸਿਆ ਸੀ ਮੈਨੂੰ, ਮੈਂ ਦਿਖਾਉਂਦਾ ਤੁਹਾਨੂੰ। ਅਤੇ ਉਹ ਉਹਦੇ ਜੇ ਨਾਲ ਮੇਰੇ ਸਿੰਘ ਨਾ ਹੁੰਦੇ ਤਾਂ ਉਹਦੇ ਗਲ ਪੈਣ ਨੂੰ ਆਉਂਦੇ ਸੀਗੇ ਉਹ ਬੰਦੇ। ਹਾਂਜੀ ਹਾਂ, ਉਹ ਬੁੱਢੀ ਕੀ, ਮੈਂ ਉਹ ਗੱਲ ਉਹਨੂੰ ਕਹੀ ਨਾ ਵੀ ਇਹਦੀ ਜਗ੍ਹਾ ਜੇ ਤੇਰਾ ਧੀ ਪੁੱਤ ਹੋਵੇ, ਠੀਕ ਹੈ ਜੀ। ਆਹ ਵੀਡੀਓ ਸੀਗੀ, ਆਹ ਸਿੰਘ ਸੀ, ਆਹ ਸਰਦਾਰ ਸੀ ਜਿਹੜੇ ਮੈਂ ਦੱਸਿਆ ਥੱਲੇ ਪਰਾਲੀ ਵਿਛਾਈ ਇਹਦੇ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰ। ਆਹ ਵੇਖ ਲੈ ਹਾਲਾਤ ਵੇਖ ਲੈ ਇਹਦੇ, ਤੈਨੂੰ ਪਾ ਗੱਡੀ 'ਚ ਗੱਡੀ ਨਹੀਂ ਪਾ ਇਹਨੂੰ, ਪਾ ਗੱਡੀ 'ਚ ਆਹ ਵੀਰੇ ਵੀਰੇ ਨੂੰ ਵੀਡੀਓ ਚੱਲ ਤੁਸੀਂ ਵੇਖੀ ਹੋਣੀ ਸਾਰੀ। ਹਾਂ ਦੇਖੀ ਜੀ, ਤਿੰਨੇ ਮਤਲਬ ਦੇਖੇ ਆ ਥੋੜੇ ਗਾਂ ਦੀ ਆ, ਜਿਵੇਂ ਪਹਿਲਾਂ ਸਰਪੰਚ ਆਇਆ ਫਿਰ ਪੁਲਿਸ ਵਾਲੇ ਆਏ ਫਿਰ ਤੁਸੀਂ, ਮੈਂ ਤੁਹਾਡੀ ਸਾਰੀ ਵੀਡੀਓ, ਮੈਂ ਮਹੀਨਾ ਕੀ ਹੋਇਆ ਫੋਨ ਲੈਣ ਨੂੰ, ਮੈਂ ਤਾਂ ਮੇਰੇ ਕੋਲ ਤਾਂ ਛੋਟਾ ਫੋਨ ਹੁੰਦਾ ਜਾਂ ਉਹ ਆੜ ਦੀ ਸਾਂ ਖਰਾਬ ਤੇ ਦੇਖਿਆ ਅੱਜ ਮੈਂ ਡਾਕਟਰ ਮਨ ਕੀ ਨਹੀਂ ਕੀ ਦੇਖਣਾ ਕਰਕੇ ਇਹ ਤੂੰ ਦੱਸੋ ਤੁਮ ਇਹ ਆਪਣੇ ਲੜਕੀ ਕੋ ਭੇਜਿਆ ਛੋਟੇ ਬੱਚੇ ਵਾਸਤੇ ਦਾਰ ਸੇ ਭੇਜਿਆ ਯਾ ਕੱਲ ਦੇਖਾਂ ਮੈਂ ਇਹ ਕਰਦੇ ਤੁਰੰਤ ਇਸ ਕੋ ਫੋਨ ਆਤੇ ਉਠਾ ਲੈਂਦੇ ਹੈ। ਆਪਣਾ ਕਿਹੜਾ ਏਰੀਆ ਵੀਰ ਜੀ? ਦੋਦਰ ਟੁੱਡੀਗੇ ਦੇ ਕੋਲ, ਠੀਕ ਠੀਕ ਬਰਨਾਲਾ ਰੋਡ 'ਤੇ ਜਿਹੜਾ, ਠੀਕ ਆ ਲੱਗ ਗਿਆ ਪਤਾ। ਅੱਛਾ ਚਲੋ ਧੰਨਵਾਦ ਤੁਹਾਡਾ, ਚਲੋ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ, ਕਿਉਂਕਿ ਤੁਹਾਨੂੰ ਪਤਾ ਅੰਕਲ ਜੀ ਹੁਣ ਜਦੋਂ
ਕੋਈ ਆਪਦਾ ਬੰਦੇ ਦਾ ਦੂਰ ਜਾਂਦਾ ਨਾ ਉਹਨੂੰ ਪਤਾ ਹੁੰਦਾ ਵਾ ਵੀ ਵਿਛੋੜਾ ਕਿਹਨੂੰ ਕਹਿੰਦੇ। ਜਿਹਨੇ ਗਰੀਬੀ ਵੇਖੀ ਹੋਣਾ ਇਹਨਾਂ ਤੋਂ ਵਧੀਆ ਕੋਈ ਵੀ ਐਕਸਪਲੇਨ ਨਹੀਂ ਕਰ ਸਕਦਾ ਵੀ ਵਿਛੋੜਾ ਕੀ ਹੁੰਦਾ। ਤੁਸੀਂ ਮੈਂ ਨਹੀਂ ਰੋ ਕੇ ਵਿਖਾ ਸਕਦਾ, ਤੁਸੀਂ ਨਹੀਂ ਰੋ ਕੇ ਵਿਖਾ ਸਕਦੇ, ਇਹ ਜਿਹਦੇ 'ਤੇ ਪਈ ਹੋਵੇ ਉਹ ਦੱਸ ਸਕਦਾ। ਹੁਣ ਜਿਹਨੇ ਗਰੀਬੀ ਵੇਖੀ ਉਹਨੂੰ ਪਤਾ ਗਰੀਬੀ ਕੀ ਹੁੰਦੀ ਆ। ਕਈ ਲੋਕ ਕਹਿ ਦਿੰਦੇ ਲੈ, ਪਤਾ ਕਈਆਂ ਦੇ ਕਮੈਂਟ ਕਿਵੇਂ ਦੇ ਸੀ ਜਿਹੜੇ ਕਲਯੁਗੀ ਲੋਕ ਆ, ਲੈ ਉਹ ਕਿਹੜਾ ਉਹਨੂੰ ਫ੍ਰੀ 'ਚ ਰੱਖਣ ਡਿਆ ਸੀ, ਰੋਟੀ ਪਾਣੀ ਤਾਂ ਦੇਣੀ ਡਿਆ ਸੀ, ਵੇਖ ਲਓ ਰੋਟੀ ਪਾਣੀ ਦੇਣੀ ਡਿਆ। ਜੇ ਰੋਟੀ ਪਾਣੀ ਦੇਣ ਡਿਆ ਤਾਂ ਇਹ 'ਚ ਕੀ ਅਰਜਾ? ਹਾਂ ਹਾਂਜੀ ਬਾਬਾ ਜੀ, ਮੈਂ ਆਸ਼ਰਮ ਦੇ ਵਿੱਚ ਵੀਡੀਓ ਕਰਨਾ, ਮੈਂ ਤਾਰ ਲੀਡ ਮਾਰਨਿਆ, ਉਹ ਤਾਰ ਫੋਨ ਕਰ ਲੈਂਦਾ ਹਾਂ, ਇੱਕ ਇੱਕ ਅੱਧੇ ਦਿਨ 'ਚ ਕਰ ਦੇਣਾ, ਇੱਕ ਅੱਧੇ ਦਿਨ 'ਚ ਹੀ ਇੱਕ ਅੱਧੇ ਕੱਲ੍ਹ 'ਤੇ ਹੀ ਕਰ ਦੂੰ ਫਿਰ ਮੈਂ ਹੁਣ ਹੁਣ ਨਹੀਂ ਕੱਲ੍ਹ ਨੂੰ ਕਰ ਦੂੰਗਾ ਮੈਂ, ਚੱਲ ਮੈਂ ਸ਼ਾਮਾਂ 'ਤੇ ਫਿਰ ਕਰਦਾ, ਫਿਰ ਪੰਜ ਕੁ ਵਜੇ 'ਤੇ ਮੈਂ ਕਰਾ ਦੂੰ। ਠੀਕ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਓਕੇ ਓਕੇ ਹੈਂ ਨਹੀਂ ਗਲੀ 'ਚੋਂ ਚੱਲ ਜਾਂਦੀ। ਤੂੰ ਥੱਲੇ ਕਿਉਂ ਬੈਠਾ ਵਾ? ਉਹ ਮੈਂ ਆਪੇ ਕਰ ਲੈਣਾ ਹੈਂ, ਤੂੰ ਬੈਠਾ ਰਹਿਣ 10 ਮਿੰਟ, 10 ਮਿੰਟ ਬਹਿ ਜਾ, 10 ਮਿੰਟ ਬਹਿ ਜਾ, ਤੂੰ ਉੱਥੇ ਬਹਿ। ਹਾਂ ਆ ਬਾਥਰੂਮ ਕਰਤਾ ਜੀ, ਬਾਬਾ ਜੀ ਬੜਾ ਹੁੰਦੜ ਹਾਲ ਸੀ ਇਹ ਮੁੰਡਾ ਮੇਰੇ ਕੋਲ, ਇਹ ਉਹ ਦੱਸਿਆ ਸੀ ਨਾ ਮੇਰੇ ਕੰਮ ਕਰਦਾ ਹੁੰਦਾ ਸੀ, ਇਹ ਮਗਰ ਜਾਂਦੇ ਹੁੰਦੇ ਸੀ ਸਾਡੇ ਕੋਲ ਪਤਾ ਲੈਣ, ਦੋ ਦੋ ਦਿਨ ਮੇਰੇ ਕੋਲ ਰਹਿ ਆਉਂਦੇ ਹੁੰਦੇ ਸਾਰੇ ਭਰਾ, ਇਹਨਾਂ ਦੇ ਭਰਾ ਜੀ ਇੰਨੇ ਤਾਕਤਵਰ ਵਿਅਕਤੀ ਥਾ ਨਾ, ਇੰਨੇ ਤਾਕਤਵਰ ਵਿਅਕਤੀ, 5 ਮਿੰਟ ਵੈਸੇ ਫੇਂਕ ਦੇ ਤਾ, ਇੰਨੇ 25 ਵਰਸ਼ ਉਮਰ 40 ਵੈਸ ਹੋਤਾ ਹੈ, 2025 ਦਿਖਾ ਫੁੱਟ ਦਿਖਾਏਗਾ ਜੀ, ਮਾਤਾ ਵੈਸ਼ਨੋ ਦੇਵੀ ਸੇ ਲੌਟ ਰਹੇ ਥੇ ਤਬ ਕੇ ਫੁੱਟ ਦਿੱਤਾ, ਇਤਨੇ ਤਾਕਤਵਰ ਵਿਅਕਤੀ ਥਾ, ਬੰਦਾ ਕਿਸੇ ਕੰਮ ਨਹੀਂ ਥਾ, ਕਿਸੇ ਫਾਲਤੂ ਨਹੀਂ ਬੋਲਤਾ ਥਾ, ਆਪਣਾ ਕਾਮ ਸੇ ਕਾਮ ਮਤ ਰੱਖਾ। ਵਾਹਿਗੁਰੂ। ਅਬ 15 ਸਾਲ ਸੇ ਢੂੰਡ ਰਹਾ ਹੂੰ, ਹਰ ਦਿਨ ਸਰਦਾਰ ਸੇ ਫੋਨ ਕਰ, ਸਰਦਾਰ ਦੇਖੇ ਕਹੀਂ ਦੇਖੇ ਕਹੀਂ, ਅਬ ਤਾਂ ਹਮ ਕੁਛ ਜਾਤ ਸੇ ਹਮਾਰੇ ਬਿਹਾਰ ਮੇਂ ਜੋ ਜਾਤ ਸੇ ਛਾੜ ਦੇ, ਅਗਰ ਭਾਈ ਨਹੀਂ ਮਿਲੇ 15 ਸਾਲ ਅਬ ਸੇ ਕ੍ਰਿਆ ਕਰਮ ਨਹੀਂ ਕੀਤਾ ਤਾਂ ਕੁਛ ਜਾਤ ਸੇ ਛਾੜ ਦੇਤੇ। ਅੱਛਾ, ਯਹਾਂ ਪੀ ਹੋ ਨਾ ਜਾਤ, ਹਾਂ ਵੇਖੋ ਵੀਰ ਕਹਿੰਦੇ ਆ ਕਿ 15 ਸਾਲ ਹੋ ਗਏ ਸੀ ਭਰਾ ਨੂੰ ਗੁਆਚੇ ਨੂੰ, ਅਤੇ ਜਿਹੜੇ ਸਾਡੇ ਕਮਿਊਨਿਟੀ ਵਾਲੇ ਆ ਵੀਰ ਆ ਉਹ ਕਹਿੰਦੇ ਵੀ ਤੁਸੀਂ ਇਹਦੀ ਕਿਰਿਆਕ੍ਰਮ ਨਹੀਂ ਕੀਤਾ, ਜਿਹੜੀ ਅੰਤਿਮ ਅਰਦਾਸ ਹੁੰਦੀ ਆ ਉਹ ਨਹੀਂ ਕੀਤਾ, ਅਤੇ ਅਸੀਂ ਤੈਨੂੰ ਆਪਣੇ ਜਾਤ ਦੇ ਵਿੱਚੋਂ ਕੱਢ ਦੇਣਾ ਵਾ। ਵਾਹਿਗੁਰੂ ਵਾਹਿਗੁਰੂ, ਵੇਖ ਲਓ ਦਿਨ ਤਾਂ ਸਭ ਨਹੀਂ ਕਰਦੇ ਘਰ ਵਿੱਚ ਰੋਜ਼ ਕਰ ਚੱਲੇਗਾ, ਤੇ ਜਾਤ ਆਪਣੀ ਜਾਤ ਆਪਣੀ ਕਮਿਊਨਿਟੀ ਦੇ ਵਿੱਚ ਰੱਖਣਾ ਵਾ, ਵੀ ਜੇਕਰ ਕਿਰਿਆ ਕਰਮ ਕਰੋਗੇ ਹੈ ਨਾ ਮਰੇਗਾ ਹੈ ਨਾ। ਕਈ ਇੱਦਾਂ ਦੀਆਂ ਵੀਡੀਓਜ਼ ਆਉਂਦੀਆਂ ਵਾ ਗੁਰਪ੍ਰੀਤ ਵੀਰ ਦੀਆਂ, ਕਈਆਂ ਨੇ ਕੀ ਕਰ ਵੀ ਦਿੱਤਾ ਹੁੰਦਾ ਵਾ, ਫਿਰ ਬਾਅਦ 'ਚ ਲੱਭਦੇ ਆ, ਆਹੋ ਕਿ ਜੇਕਰ ਲਾਲਾ ਹੋਰ ਪ੍ਰੈਸ਼ਰ ਪਾਉਂਦੇ ਕਿ ਇੱਕ ਨਾ ਇੱਕ ਦਿਨ ਤਾਂ ਕਰਾਉਣਾ ਸੀਗਾ। ਅੱਛਾ, ਜਬ ਤੱਕ ਨਹੀਂ ਕਰੋਗੇ ਬ੍ਰਾਹਮਣੋ ਪੰਡਿਤੋ ਮੇ ਠਾਕੁਰੋ ਮੇ, ਹਾਂ ਜਬ ਤੱਕ ਨਹੀਂ ਕਰੋਗੇ ਤਾਂ ਦੂਸਰੇ ਜਨਰੇਸ਼ਨ ਕੇ ਸ਼ਾਦੀ ਵਿਆਹ ਨਹੀਂ ਹੋਗਾ। ਉਹ ਸ਼ਾਦੀ ਨਹੀਂ ਕਰੇਂਗੇ ਤਾਂ, ਮਤਲਬ ਤੁਹਾਡਾ ਨਾਲ ਲਿੰਕ ਨਹੀਂ ਰੱਖੇਂਗੇ? ਨਹੀਂ ਰੱਖੇਂਗੇ, ਜੋ ਆਪੋ ਕਰਨਾ ਹੈ ਸਰਾ ਸਭ ਕੁਝ ਸਾਹਮਣੇ। ਬੜੀ ਤਕੜੀ ਗੱਲ ਆਈ, 85 ਉਮਰ ਗਏ, ਸੋਚੀ ਹੈ
ਅੱਜ ਮੈਂ 52 ਸਾਲ 85 ਵਿੱਚ ਕੀਤਾ ਸੀ, ਚਲ ਛੋਟੇ ਬੱਚੇ ਨੂੰ ਸਰਦਾਰ 88 ਬਾਅਦ 10 ਸਾਲ ਬਾਅਦ ਮਿਲ ਗਏ ਘਰ ਲੜਕੇ ਜਿਸ ਸਮਾਨ ਅੱਜ ਵੀ ਕੋਈ ਹੋਤਾ ਪੁੱਛਦੇ ਹਾਥੇ ਜਾਤਾ ਰਹਾ ਹੂੰ 2 ਮਹੀਨਾ 3 ਮਹੀਨਾ ਇਹ ਨਹੀਂ ਹੋਤਾ ਤਾਂ ਮਿਲਵੇ ਨਹੀਂ ਕਰ ਮੈਂ ਆਪ ਕਹਾਂ ਢੂੰਡਤਾ ਫਿਰ ਤਾਂ ਬਸ ਕਹਾਂ ਹੁੰਦਾ ਚਲੋ ਕਿੱਥੇ ਬਿਹਾਰ 'ਚ ਵੀਡੀਓ ਪਹੁੰਚੀ ਹੈ ਬਿਹਾਰ ਤੋਂ ਫਿਰ ਇੱਥੇ ਆਈ ਨੇਪਾਲ ਦੇ ਬਾਰਡਰ ਤੇ ਵਹਾਂ ਬਾਰਡਰ ਪੇ ਗਿਆ ਵਹਾਂ ਸਭ ਲੜਕਾ ਹਮਾਰੇ ਪਾਸ ਸਾਡੇ ਕੋਲ ਸਾਲਿਕ ਤੋਂ ਆ ਤੁਸੀਂ ਪੁੱਛੋ ਹਜੇ ਤੋਂ ਕੀ ਐਡਰੈਸ ਆ ਸਾਨੂੰ ਸਮਝ ਨਹੀਂ ਲੱਗ ਰਹੀ ਇਹਦੀ ਜੇ ਡਾਲਾ ਵਾਲਾ ਰੋਡ ਬਤਾਤਾ ਹੈ ਮੋਹਣ ਲਾਗੇ ਲੈ ਕੇ ਬਿਹਾਰ ਢਾਲਾ ਜ਼ਿਲ੍ਹਾ ਨਹੀਂ ਹੈ ਗਾਓ ਕੇ ਨਾਮ ਢਾਲਾ ਹੋ ਸਕਦਾ ਜ਼ਿਲ੍ਹਾ ਬਤਾਓ ਜ਼ਿਲ੍ਹਾ ਪੜਤਾ ਕੌਣ ਸਾ ਜ਼ਿਲ੍ਹਾ ਹੈ ਲਿਖੇਗਾ ਸਕੂਲ ਦਾ ਨਾਮ ਸਕੂਲ ਤਾਂ ਕੌਣ ਸਕੂਲ ਦਾ ਨਾਮ ਹੈ ਸਕੂਲ ਦਾ ਨਾਮ ਜਾਣਦਾ ਰਹੋ ਕਾਥੀ ਨਾਮ ਹੈ ਸਕੂਲ ਕੇ ਸਕੂਲ ਇਹ ਤਾਂ ਸਿਰਫ ਨਾਮ ਜਾਣਦਾ ਜਾਦੋ ਕੇ ਲੜਕਾ ਹੋ ਬਾਪ ਕੇ ਨਾਮ ਬਾਪ ਕਾ ਨਾਮ ਜਾਣਤਾ ਹੈ ਗਾਓ ਏਰੀਆ ਮੰਮੀ ਕਾ ਨਾਮ ਬਾਤ ਜਾਣਤਾ ਹੈ ਛਪਰਾ ਜ਼ਿਲ੍ਹਾ ਮੁਤਿਹਾਰੀ ਜ਼ਿਲ੍ਹਾ ਜਵਾਨ ਸਿਵਾਨ ਸੁਪੌਲ ਆਰਾ ਪਟਨਾ ਕਹਾਂ ਘਰ ਹੈ ਨਹੀਂ ਕੁਝ ਬਤਾ ਰਹੇ ਫੋਟੋ ਡਾਲੀ ਕਿੰਨੇ ਸਾਲ ਹੋ ਗਏ ਇਹ ਮੇਰੇ ਕੋਲ ਇਹ ਪਿਛਲੀ ਵਾਢੀਆਂ 'ਚ ਆਇਆ ਸੀ ਇੱਕ ਨਹੀਂ ਪੂਰਾ ਸਾਲ ਹੋ ਚੱਲਿਆ ਪਿਛਲੇ ਵਾਢੀਆਂ 'ਚ ਆਇਆ ਸੀ ਮੇਰੇ ਕੋਲ ਮਤਲਬ ਕਿ ਜਦੋਂ ਕਣਕ ਦੀ ਹੁੰਦੀ ਹੈ ਨਾ ਕਣਕ ਦੀ ਕਟਾਈ ਹੁੰਦੀ ਹੈ ਹਾਂਜੀ ਤਬ ਆਇਆ ਤਾਂ ਮੇਰੇ ਪਾਸ ਜਦ ਸੇ ਵੀਡੀਓ ਨਹੀਂ ਕੋਈ ਡਾਲਿਆ ਵੀਡੀਓ ਡਾਲਾ ਹੈ ਇਸਕਾ 5 ਲੱਖ ਲੋਗੋਂ ਨੇ ਵੀ ਦੇਖ ਲਿਆ ਨਹੀਂ ਕੋਈ ਜਦ ਪਤਾ ਨਹੀਂ ਇਸਕਾ ਕੌਣ ਚੈਪ ਬਾਬਾ ਦੇ ਚੈਪ ਪਛਾਣਦੇ ਨਹੀਂ ਸਕਦੀ ਮੈਂ ਬੇਨਤੀ ਕਰਨਾ ਚਾਹਾਂਗਾ ਆਪਕੋ ਲੈ ਕੌਣ ਆਇਆ ਤੁਮਾ ਆਇਆ ਸਟੇਸ਼ਨ ਸੇ ਉਤਰ ਗਿਆ ਮੈਂ ਸਟੇਸ਼ਨ ਤੋਂ ਲੁਧਿਆਣਾ ਸੇ ਕੌਣ ਲੈ ਕੇ ਆਇਆ ਹਮੇ ਆਇਆ ਨਾ ਵਾਂ ਪਾਣੀ ਬੋਤਲੇ ਕੇ ਲਈ ਪੀ ਲਿਆ ਭਾ ਚਲ ਗਿਆ ਘਰੇ ਅੱਛਾ ਇੱਕ ਭਾਈ ਹੈ ਇੱਕ ਇੱਕ ਬਹਿਨ ਹੈ ਇੱਕ ਮੰਮੀ ਹੈ ਇੱਕ ਪਪਾ ਹੈ ਤਾਂ ਪਪਾ ਹੈ ਨਾ ਤਾਂ ਨਾਮ ਲਿਖੇ ਜਾਣਾ ਨਾ ਗਾਉਂ ਕੇ ਹਮਰ ਫੱਲਾ ਗਾਉਂ ਨਾ ਹੋ ਗਾਉਂ ਹੈ ਗਾਉਂ ਗਾਉਂ ਦਾ ਨਾਮ ਕਾ ਹੈ ਹਾਂ ਗਾਉਂ ਦਾ ਨਾਮ ਕਾ ਹੈ ਗਾਉਂ ਦਾ ਨਾਮ ਹਾਂ ਬਗਿਆ ਵਰਤਾ ਹੈ ਉਤੇ ਪੜਤਾ ਹੈ ਤੇ ਨਾਮ ਕਿਆ ਹੈ ਹਾਂ ਨਾਮ ਕਿਆ ਹੈ ਨਾਮ ਉਤੇ ਪੜਤਾ ਹੈ ਸਟੇਸ਼ਨ ਕੇ ਲਗੇ ਪੜਤਾ ਹੈ ਲਗਿਆ ਸਟੇਸ਼ਨ ਕੇ ਲਗੇ ਪੜਤਾ ਹੈ ਹਾਂ ਸਟੇਸ਼ਨ ਕੇ ਲਗੇ ਤਾਂ ਕੌਣ ਸਟੇਸ਼ਨ ਹੈ ਕੌਣ ਸਾ ਸਟੇਸ਼ਨ ਹੈ ਹਾਂ ਸਟੇਸ਼ਨ ਕਾ ਨਾਮ ਕਿਆ ਹੈ ਸਟੇਸ਼ਨ ਕੇ ਨਾਮ ਤਾਂ ਜ਼ਿਲ੍ਹਾ ਪਤਾ ਨਹੀਂ ਪਤਾ ਕਿਉਂਕਿ ਤਾਂ ਦੀ ਪ੍ਰੋਬਲਮ ਆਉਂਦੀ ਨਾ ਸਾਨੂੰ ਜੇਕਰ ਸਾਨੂੰ ਆਪਕੇ ਦਾ ਐਡਰੈਸ ਪਤਾ ਲੱਗ ਜੇ ਫਿਰ ਆਪਾਂ ਇਸੇ ਤਾਂ ਪੁੱਛੇ ਬਤਾ ਦੇ ਜਵਾਨ ਨਾਮ ਫਟੋਲੀਆ ਹੈ ਬਦਲੀ ਹੋ ਜਾਏਗਾ ਲੜਕਾ ਨਹੀਂ ਬੋਲਦਾ ਸੀ ਨਾ ਵਿੱਚ ਹਾਂ ਬੋਲਦੀ ਆ ਵਰ ਟਾਈ ਟਾਈ ਬੋਲਦੀ ਹੈ ਤੇ ਪਰ ਇਹ ਅਸੀਂ ਨਾ ਤਾਜ ਬਟੋਲੀ ਜੋ ਇਹਨੇ ਐਡਰੈਸ ਦੱਸਿਆ ਸੀ ਨਾ ਅਸੀਂ ਤਾਜ ਨਹੀਂ ਉਹਦੇ 'ਤੇ ਧਿਆਨ ਦਿੱਤਾ ਕਿਉਂਕਿ ਜਦੋਂ ਫਿਰ ਪੁੱਛਿਆ ਸੀ ਵਾਰ ਵਾਰ ਵੱਖਰਾ ਦੱਸਦਾ ਸੀਗਾ ਸਾਨੂੰ ਥੋੜ੍ਹੀ ਭਾਸ਼ਾ ਦੀ ਪ੍ਰੋਬਲਮ ਸੀ ਵੱਖਰਾ ਦੱਸਦਾ ਸੀ ਵਾਰ ਵਾਰ ਅਤੇ ਇੱਕ ਮਿੰਟ ਇੱਧਰੋਂ
ਅਤੇ ਸੰਗਤ ਜੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜਿੱਦਾਂ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ, ਇੱਕ ਭਰਾ ਨੂੰ ਉਹਦਾ ਵਿਛੜਿਆ ਹੋਇਆ ਭਰਾ 15 ਸਾਲ ਬਾਅਦ ਮਿਲਾਇਆ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਵਾਂ, ਨਮਸਤਕ ਹੁੰਦਾ ਵਾਂ ਕਿ ਤੁਸੀਂ ਸੇਵਾ ਦਾ ਮੌਕਾ ਦਿੱਤਾ ਅਤੇ ਅੱਜ ਇਹਨਾਂ ਦੇ ਸੀਸਾ ਲੈਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਹਾਲਾਂਕਿ ਸਾਰੀ ਜਿਹੜੀ ਕ੍ਰੈਡਿਟ ਆ, ਇਹ ਸਾਰਾ ਕ੍ਰੈਡਿਟ ਉਹਨਾਂ ਭੈਣਾਂ ਨੂੰ, ਉਹਨਾਂ ਵੀਰਾਂ ਨੂੰ ਜਾਂਦਾ ਵਾ ਜਿਨ੍ਹਾਂ ਨੇ ਇਸ ਵੀਰ ਪ੍ਰਤੀ ਅਰਦਾਸਾਂ ਕੀਤੀਆਂ ਅਤੇ ਵੀਡੀਓ ਸ਼ੇਅਰ ਕੀਤੀ। ਅਤੇ ਅੱਜ ਇੱਕ ਹੋਰ ਨਿੱਕੀ ਜਿਹੀ ਬੇਨਤੀ ਆ ਕਿ ਇਸ ਵੀਰ ਦੀ, ਇਸ ਬੱਚੇ ਦੀ ਵੀਡੀਓ ਵੀ ਸ਼ੇਅਰ ਕਰ ਦਿਉ, ਕਿਉਂਕਿ ਇਹ ਬੱਚਾ ਆਪਣੇ ਕੋਲ ਸਾਲ ਇੱਕ ਤੋਂ ਰਹਿਣ ਡਿਆ ਵਾ, ਇਹਦਾ ਕੋਈ ਐਡਰੈਸ ਨਹੀਂ ਪਤਾ ਲੱਗ ਰਿਹਾ ਅਤੇ ਰੋਜ਼ ਰੋਂਦਾ ਵਾ ਕਿ ਮੈਂ ਆਪਣੀ ਮੰਮੀ ਕੋਲ ਜਾਣਾ ਵਾਂ, ਮੈਂ ਆਪਣੇ ਪਾਪਾ ਕੋਲ ਜਾਣਾ ਵਾਂ, ਪਰ ਅਸੀਂ ਬੇਵੱਸ ਹਾਂ। ਹਾਂ, ਜਾਦਵ ਇਹ ਕਾਸ ਨੂੰ, ਜਾਦਵ ਫੈਮਿਲੀ ਨੂੰ ਬਿਲੋਂਗ ਕਰਦਾ। ਭੁਪਿੰਦਰ ਜਾਦਵ, ਭੁਪਿੰਦਰ ਜਾਦਵ ਇਹ ਨਾ ਡਾਲਾ ਵਾਲਾ ਰੋਡ ਬੋਲਦਾ ਵਾ। ਭੁਪਿੰਦਰ ਜਾਦਵ ਇਹਦੇ ਫਾਦਰ ਸਾਹਿਬ ਦਾ ਨਾਮ ਆ ਅਤੇ ਬਿਜਲੀ ਦੇਵੀ ਇਹਨਾਂ ਦੀ ਮਦਰ ਦਾ ਨਾਮ ਆ। ਹਾਂ, ਕੋਈ ਸਟੇਸ਼ਨ ਬੋਲਦਾ ਵਾ ਕਿ ਉੱਥੇ ਤੋਂ ਕਿਲੋ ਕੁ ਮੀਟਰ ਦੂਰ ਆ, ਅਤੇ ਮੰਮੀ ਇਹਦੀ, ਮੰਮੀ ਟੀਚਰ ਹੈ ਕਿ ਜਾਂ ਪਾਪਾ? ਹਾਂ, ਪਾਪਾ ਇਸ ਦੇ ਟੀਚਰ ਵਾ, ਕਹਿੰਦਾ ਕਿ ਬੱਚਿਆਂ ਨੂੰ ਪੜ੍ਹਾਉਂਦਾ ਵਾ। ਅਤੇ ਹਾਂ, ਜ਼ਰੂਰ ਜਿਹੜਾ ਵੀ ਭੁਪਿੰਦਰ ਜਾਦਵ, ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਤੁਹਾਡੇ ਫਰੈਂਡ ਦੇ ਸਰਕਲ ਦੇ ਵਿੱਚ ਆਸ ਪੜਾਸ ਕੋਈ ਵੀ ਭੁਪਿੰਦਰ ਜਾਦਵ ਨਾਂ ਦਾ ਕੋਈ ਬੰਦਾ ਹੋਵੇ ਜਾਂ ਬਿਜਲੀ ਦੇਵੀ ਨਾਂ ਦੀ ਕੋਈ ਭੈਣ ਹੋਵੇ, ਤਾਂ ਜ਼ਰੂਰ ਉਸ ਨੂੰ ਇੱਕ ਰਿਹਾ ਵੀਡੀਓ ਵਿਖਾਇਓ। ਸਕੂਲ ਦਾ ਨਾਮ ਪੜ੍ਹਾਤਾ ਹੈ, ਸਕੂਲ ਦਾ ਨਾਮ ਕਿਆ ਹੈ? ਸਾਲ ਹੋ ਗਿਆ ਇਹਦੇ ਨਾਲ ਮੱਥਾ ਮਾਰ ਮਾਰ ਕੇ ਹਟ ਚੁੱਕੇ ਹਾਂ। ਭੋਜਪੁਰੀ ਸੁਣੀਏ, ਲੌਂਗੇ ਸੇ ਪਤਾ ਲੱਗਤਾ ਨਾ, ਇਹ ਪੂਰਨੀਆ ਸਹਰਸਾ ਕੇ, ਪੂਰਨੀਆ ਸਹਰਸਾ ਕਟਿਹਾਰ ਕੇ, ਲੌਂਗੇ ਜੋ ਕਟਿਹਾਰ ਸਾਈਡ ਲੌਂਗੇ ਜੋ ਹੈ ਨਾ, ਜਿਸ ਹਰ ਜਗ੍ਹਾ ਲੌਂਗੇ ਜੋ, ਜਿਸ ਪੰਜਾਬ ਹੈ ਬਠਿੰਡਾ ਕਾ ਲੌਂਗੇ ਜੋ, ਲੌਂਗੇ ਜੋ ਬਤਾ ਬੋਲੇ ਲਾ ਭਾਸ਼ਾ ਬੋਲਤੇ ਹੈ ਕਾ, ਉਹ ਤਾਂ ਪੂਰਨੀਆ ਸਮਸਤੀਪੁਰ ਅਰਰੀਆ ਉਸ ਸਾਈਡ ਕੇ ਹੈ, ਕਟਿਹਾਰ ਸਾਈਡ। ਤਾਂ ਗਾਓ ਕਾ ਨਾਮ ਨਹੀਂ ਜਾਣਤੇ ਹੋ, ਵਹਾਂ ਕੇ ਲੋਕ ਜ਼ਿਆਦਾ ਆਦਿਵਾਸ ਦੇਖੇ, ਚਾਰ ਭਾਸ਼ਾ ਵੀ ਆਉਂਦੇ ਹਨ। ਮੰਮੀ ਆ ਨਾ, ਪਾਪਾ ਖਾਣਾ ਬਣਾਤਾ ਹੈ, ਮੰਮੀ ਸਾਕਾ ਕਰਦਾ ਹੈ, ਮੰਮੀ ਸਾਕਾ ਮਰਦਾ ਹੈ, ਪਾਪਾ ਭਾਜੀ ਮਰਦਾ ਹੈ, ਕਨੀਆ ਕਰਦਾ ਨਾ ਮਰਦਾ ਹੈ, ਬਾਪ ਪਾਪਾ ਦੀ ਖਾਣਾ ਬਣਾਤਾ, ਮੰਮੀ ਖਾਣਾ ਬਣਾਤਾ। ਇੱਕ ਇੱਧਰ ਆ ਕੋ ਵੀ ਆ, ਅਤੇ ਸੰਗਤ ਜੀ ਇੱਕ ਆ ਸਾਡਾ ਵੀਰਵਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਸ ਵੀਡੀਓ ਸਿਰ 'ਤੇ ਜਾਂ ਸਾਡੇ ਇਸ ਭਰਾ ਦਾ ਘਰ ਲੱਭ ਜਾਵੇ, ਜਾਂ ਇਹਦਾ ਵੀ ਕਿਸੇ ਦੀ ਵੀ ਵਿਚਾਰੇ ਦੀ ਪਛਾਣ ਹੋ ਜਾਵੇ, ਅਤੇ ਸਾਡੇ ਵਾਸਤੇ ਬੜਾ ਵਧੀਆ ਹੋਊਗਾ। ਇਹ ਵੀਰ ਨੂੰ ਜਿਵੇਂ ਤੁਸੀਂ ਦੇਖਿਆ ਸੀ, ਅਸੀਂ ਛੁਡਵਾਇਆ ਸੀਗਾ ਪਿੰਡ ਥਾਂਦੇਵਾਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ। ਕਿੱਦਾਂ ਤੁਹਾਨੂੰ ਵੀ ਪਤਾ, ਤੁਸੀਂ ਸਾਰੀ ਵੀਡੀਓ ਵੇਖੀ, ਕਿੱਦਾਂ ਇਹ ਵਿਚਾਰੇ 'ਤੇ ਤਸ਼ੱਦਦ ਹੋਇਆ ਸੀਗਾ। ਇਹ ਆਪਣਾ ਪੰਜਾਬੀ ਬੱਚਾ ਵਾ, ਠੀਕ ਹੈ ਜੀ, ਪਰ ਇਸ ਬਾਰੇ ਸਾਨੂੰ ਕੋਈ ਵੀ ਨੌਲੇਜ ਨਹੀਂ ਹੈਗੀ। ਆਹ ਤਾਂ ਆਪਣੀ ਮੰਮੀ ਦੀ ਪਛਾਣ ਦੱਸਦਾ ਵਾ, ਡੈਡੀ ਦਾ ਨਾਮ ਦੱਸਦਾ ਵਾ, ਪਰ ਇਸ ਬੱਚੇ ਨੂੰ ਕੁਝ ਨਹੀਂ ਪਤਾ। ਸੋ ਜ਼ਰੂਰ ਜੇਕਰ ਕੋਈ ਵੀਰ ਭਰਾ ਇਸ ਬੱਚੇ ਬਾਰੇ ਜਾਣਦਾ ਹੋਵੇ ਜਾਂ ਇਸ ਬੱਚੇ ਬਾਰੇ ਜਾਣਦਾ ਹੋਵੇ, ਤਾਂ ਸਾਡੇ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤੇ ਆ, ਠੀਕ ਹੈ ਜੀ। ਅਤੇ ਕਿਸੇ ਵੀ ਭਰਾ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਜੇਕਰ ਅਸੀਂ ਫੋਨ ਨਹੀਂ ਚੁੱਕਦੇ, ਤਾਂ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ। ਕਿਉਂਕਿ ਇੱਕ ਗੱਲ ਵੀਰ ਜੀ ਬੜੀ ਵਧੀਆ ਤੁਸੀਂ ਗੱਲ ਕੀਤੀ ਸੀਗੀ, ਤੁਸੀਂ ਤੁਹਾਡਾ ਮੈਂ ਫੋਨ ਨਹੀਂ ਸੀ ਚੁੱਕ ਰਿਹਾ ਕਿਉਂਕਿ ਮੈਂ ਬਿਜ਼ੀ ਸੀਗਾ, ਅਤੇ ਮੈਂ ਇੱਕ ਸੰਗਤ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਸੰਗਤ ਜੀ ਇਹਦਾ ਮੈਂ ਵੀਰ ਦਾ ਫੋਨ ਨਹੀਂ ਸੀ ਚੱਕਿਆ, ਅਤੇ ਬੜੇ ਫੋਨ ਲਾ ਰਹੇ ਸੀ, ਇਹਨਾਂ ਨੇ ਇੱਕ ਵਧੀਆ ਗੱਲ ਕੀਤੀ ਵੀ ਇਹਨਾਂ ਨੇ ਮੈਨੂੰ ਮੈਸੇਜ ਕਰ ਦਿੱਤਾ ਸੀ, ਤੁਸੀਂ ਫੇਸਬੁੱਕ 'ਤੇ ਮੈਨੂੰ ਇਨਬੋਕਸ 'ਚ ਮੈਸੇਜ ਕਰ ਦਿੱਤਾ ਸੀ ਮੇਰੇ ਦੇ ਵਿੱਚ, ਅਤੇ ਉਹ ਮੈਨੂੰ ਪਤਾ ਲੱਗ ਗਿਆ ਸੀ ਵੀ ਤੁਹਾਡੇ ਕਿਸੇ ਸਿੰਘ ਦਾ ਮੈਨੂੰ ਮੈਸੇਜ ਆਇਆ ਵੀ ਉਹ ਇਹਨਾਂ ਬਾਰੇ ਕੋਈ ਨਾ ਕੋਈ ਜਾਣਕਾਰੀ ਰੱਖਦਾ ਵਾ। ਜੇਕਰ ਤੁਸੀਂ ਫੋਨ ਲਾਉਂਦੇ ਰਹਿੰਦੇ ਵੀਰੇ, ਹੁਣ ਰੋਜ਼ ਦੀਆਂ 100 ਮਿਸਕਾਲ ਆ ਜਾਂਦੀਆਂ, ਹੁਣ ਇੱਥੇ 100 ਮਿਸਕਾਲ ਆ ਗਈਆਂ, ਹੁਣ ਮੈਂ ਕਿਹਨੂੰ ਬੈਕ ਕਰ ਲਾਊਂਗਾ, ਠੀਕ ਹੈ ਜੀ। ਫਰੀ ਹੋ ਕੇ ਵਟਸਐਪ ਵੱਖਰਾ ਦੇ ਦਿੱਤਾ ਤਾਂ ਉਹ ਵੀ ਭਰ ਦੇਣਾ,
ਹਾਂ ਠੀਕ ਹੈ ਜੀ, ਪਰ ਉਹ ਔਖਾ ਹੋ ਜਾਂਦਾ, ਫਿਰ ਰਲ ਜਾਂਦਾ। ਹਾਂ ਕਰ ਜਾਂਦਾ ਹੈ ਨਾ। ਹਾਂ ਮੈਂ ਸੰਗਤ ਨੂੰ ਇਹ ਕਹਿੰਦਾ ਕਿ ਸੰਗਤ ਜੀ, ਜੇਕਰ ਅਸੀਂ ਫੋਨ ਕਿਸੇ ਵੀਰ ਭਰਾ ਦਾ ਨਹੀਂ ਚੁੱਕਿਆ ਜਾਂਦਾ, ਤੁਸੀਂ ਵਟਸਐਪ 'ਤੇ ਮੈਸੇਜ ਜ਼ਰੂਰ ਕਰ ਦਿਓ, ਠੀਕ ਹੈ, ਤਾਂ ਜੋ ਤੁਹਾਡਾ ਮੈਸੇਜ ਅਸੀਂ ਜਦੋਂ ਫ੍ਰੀ ਹੋਈਦਾ ਵਾ ਮੈਸੇਜ ਜ਼ਰੂਰ ਰੀਡ ਕਰੀਦੇ। ਚਾਹੇ ਕਿਸੇ ਨੇ ਫੇਸਬੁੱਕ 'ਤੇ ਮੈਨੂੰ ਮੈਸੇਜ ਕੀਤਾ ਵੀ ਇਨਬੋਕਸ 'ਚ, ਕਮੈਂਟ ਨਹੀਂ ਇਨਬੋਕਸ 'ਚ, ਜਾਂ ਮੈਸੇਜ ਕੀਤਾ ਵੇ, ਜਾਂ ਕਿਸੇ ਭਰਾ ਨੇ ਵਟਸਐਪ ਦੇ ਉੱਤੇ ਮੈਸੇਜ ਕੀਤਾ ਵੇ। ਸਭ ਤੋਂ ਜ਼ਿਆਦਾ ਬੈਟਰ ਆ ਕਿ ਸੰਗਤ ਜੀ, ਜੇਕਰ ਤੁਹਾਡਾ ਫੋਨ ਨਹੀਂ ਚੁੱਕਿਆ ਜਾਂਦਾ, ਕਿਉਂਕਿ ਫੋਨ ਬਹੁਤ ਆਉਂਦੇ ਆ, ਤੁਸੀਂ ਵਟਸਐਪ ਦੇ ਉੱਪਰ ਮੈਨੂੰ ਮੈਸੇਜ ਕਰ ਸਕਦੇ ਕਿ ਵੀਰ ਜੀ ਆਹ ਗੱਲ ਵਾ, ਕਿ ਫੋਨ ਕਰਿਓ ਇੱਧਰ ਬੈਠੇ। ਯਹਾਂ ਕੈਸੇ ਪਹੁੰਚਲਾ, ਯਹਾਂ ਜਬ ਕਹਤਾ ਰਹਾ ਜੀ ਬਾਬੂ ਜੀ ਕਾ ਨਾਮ ਬਦਰੀ ਓਝਾ, ਘਰ ਮਟੋਲੀਆ, ਜ਼ਿਲ੍ਹਾ ਮੋਤੀਹਾਰੀ ਹੋ, ਤਾਂ ਘਰ ਯਾਦ ਨਾ ਉਤਰਲਖ ਜੇ ਘਰ ਚਲੀ ਭਈਆ ਲੋਕ ਆ, ਘਰ ਨਾ ਯਾਦ ਉਤਰਲਖ, ਬਹੁਤ ਟੋਰਚਰ ਹੋ ਜਾ ਕੋ ਸਭ ਬਤਾਓ ਤਾਂ ਟੋਰਚਰ ਹੋ ਪਹਿਲਾਂ ਧਮਾਕੀ ਸੀ ਉਸ ਗਾਂ ਵਾਲਿਆਂ ਨੇ ਕਰਤਾ ਇਹਨੂੰ ਤੋਰ ਰਾਂਚੀ ਯਾਦ ਵਾ, ਤਾਂ ਭਈਆ ਯਾਦ ਨਹੀਂ ਖੇ ਕੋ ਭਾਈ ਵੜ ਨਰੇਸ਼ ਜਗ ਨਾਮ ਯਾਦ ਵਾ, ਹੋਰ ਕੋ ਭਾਈ ਵੜ ਸਰਦਾਰ ਜੀ ਪੁੱਛ ਕਟਨ ਭਾਈ ਹੈ ਆਪ, ਦਿਨੇਸ਼ ਭਈਆ ਮਰ ਗਈ ਲੈ ਨਾ ਬਤਾ ਦੇ ਕੋਈ ਤੂੰ ਆਸਾ ਜਾਏ, ਦਿਨੇਸ਼ ਭਈਆ ਮਰ ਗਈ ਲੈ ਗਰਬਾਲ ਬਚਾਰੂ ਤੋਰਾ ਖੋਜਾ ਤਾ ਲੁਧਿਆਣਾ ਮੈਂ, ਇਹ ਬਹੁਤ ਮਾਨਸਿਕ ਟੋਰਚਰ ਕਰਦੇ ਬਈ ਦਾ, ਇਹ ਲੁਧਿਆਣੇ ਰਹਿੰਦੇ ਆ ਜੀ, ਕੀ ਕਰਦੇ ਆ ਜੋ ਸਾਨੂੰ ਸੰਗਤ ਤੋਂ ਸੁਣਨ ਨੂੰ ਮਿਲਦਾ ਵਾ, ਜਿਵੇਂ ਆ ਮੈਂ ਦਸਤਾਰ 'ਚ ਜਾਈ ਨਾ, ਇੱਦਾਂ ਦਸਤਾਰ ਬੰਨ ਦਿੰਦੇ, ਕੱਪੜਾ ਬੰਨ ਦਿੰਦੇ ਆ, ਫਿਰ ਉਹਨੂੰ ਐ ਹੌਲੀ ਹੌਲੀ ਥੋੜੀ ਨਾਲ ਲੌਕ ਕਰਦੇ ਆ, ਇੱਦਾਂ ਥੋੜਾ ਥੋੜਾ ਇੱਥੋਂ ਮਾਰਦੇ ਆ, ਕਹਿੰਦੀ ਇਤਨੇ ਤੇਜ਼ ਜਿਹੜੇ ਪੁੱਛੇ ਸਰਦਾਰ ਜੀ ਦੇਖੇ ਨਹੀਂ ਹੋਗੇ, ਸੱਟ ਸਿੱਧਾ ਤੋਂ ਹੀ ਦੇਖਤੇ ਹੀ ਹੈ, ਇੱਕ ਸਟਾਈਲ ਇੱਕ ਔਰ ਹੈ, ਕਿਸੇ ਸ਼ੋਟ ਕੀ ਐਸੇ ਕਰੇਂਗੇ, ਦੇਖੇ ਆਜ ਵੀ ਕਰਤੇ ਹੈ ਐਸੇ ਐਸੇ, ਹਾਂ ਇਹ ਖਿੱਚ ਲੇਂਗੇ ਕਿਤਨੇ ਵੀ ਸ਼ੋਟ ਵੀ ਹੈ ਵੀ ਵਾਈਟ ਕੱਪੜਾ ਵਾਈਟ ਜੁੱਤਾ ਵਾਈਟ ਸਭ ਪਸੰਦ ਹੈ ਇਨਕੋ, ਹਾਂ ਦਿਨ ਮੈਂ ਕਾਮ ਸੁਬਹ ਪਹਿਨ ਕੇ ਨਹਾ ਧੁਆ ਕੇ ਬਾਲ ਦੀਆਂ ਮਿਥੁਨ ਕੱਟ ਇਹਨਾਂ ਫੇਮਸ ਹੈ ਪੂਰੇ ਮਿਥੁਨ ਕੱਟ ਐਸੇ ਐਸੇ ਬਾਲ ਦੇਖ ਰਹੇ ਨਾ, ਕਹਾ ਟੋਪੀ ਕ੍ਰਿਕਟ ਕੇ ਆਪ ਚਸ਼ਮਾ ਪਹਿਨ ਕੇ, ਹਾਂ ਸਟਾਈਲਿਸ਼ ਪਰ ਹਾਲਾਤ ਬੰਦੇ ਨੂੰ ਜਹਾਂ ਰਾਣੀ ਵਾਂ ਜਾਤੇ ਥੇ ਨਾ, ਤਾਂ ਬੜੇ ਬੜੇ ਠਾਕੁਰ ਸਰਦਾਰ ਵੀ ਪਿੰਡੂ ਹਸਤ ਬਸੇ ਹੈ, ਨਹਾ ਧੁਆ ਕੇ ਖਾਣਾ ਕੀ ਹਮਾਰੇ ਦਹੀ ਚੂੜਾ ਚਲਤਾ ਬਿਹਾਰ ਮੈਂ, ਖਿਆ ਕੇ ਇਨਕੋ ਘਰ ਪਹੁੰਚਾ ਜਾਤੇ ਥੇ, ਤੇ ਚਲੇ ਆਪਣੇ ਸੇ ਲੁਧਿਆਣਾ ਚਲੇ ਆਏ, ਕਹਿੰ ਕਿਆ ਬਾਤ ਹੈ ਐਸੇ ਐਸੇ ਬਾਤ, ਬੜੋ ਖਾਓ ਪੀਓ, ਪੰਜ ਵਜੇ ਜਾਂ ਚਾਰ ਵਜੇ ਤੂੰ ਖਾਓ ਪੀਓ ਰਹੋ, ਇਹ ਆਪ ਹੀ ਆ ਪਤਾ ਨਾ ਕੈਸੇ ਨਹੀਂ ਕਰ ਸਕਦੇ, ਘਰ ਚਲੇ ਗਏ ਜਵਾਬ ਤਾਂ ਤੁਰੰਤ ਸਿਰ ਚੌਕੀ ਮੈਂ, ਤੁਹਾਡੀ ਸਾਰੀ ਫੈਮਲੀ ਬਿਹਾਰ 'ਚ ਜਾਂ ਸਰ ਇੱਕ ਫੈਮਲੀ ਬੜੇ ਭਈਆ ਕਿ ਪਰਿਵਾਰ ਭਤੀਜੇ ਹੈ, ਬਾਕੀ ਤਿੰਨ ਫੈਮਲੀ ਮਿਸੀ ਜਗ ਲੁਧਿਆਣਾ ਸਰ, ਹੁਣ ਇਹਨੂੰ ਲੁਧਿਆਣੇ ਲੈ ਕੇ ਜਾਣਾ, ਹਾਂ ਲੁਧਿਆਣੇ ਲੈ ਕੇ ਜਾਣਗੇ, ਔਰ ਬਾਪ ਮਤਾ ਰਹੀ ਤਾਂ ਹਮ ਹੀ ਦੇਖੇਗਾ ਭਾਈ, ਮੈਂ ਹੀ ਹੂੰ ਨਾ ਬਹੁ ਜਾਈਏ, ਦੂਸਰਾ ਕੌਣ ਦੇਖੇਗਾ, ਲੁਧਿਆਣੇ ਫੈਕਟਰੀ ਜੇ ਕਰਦਾ ਕੰਮ, ਅਬ ਤਾਂ ਇਹਨੂੰ ਪਹਿਲੇ ਇਹ ਮਾਨਸਿਕ ਤੋਂ ਨਿਕਾਲ, ਇਹ ਟੀ ਸ਼ਰਟ ਕੇ ਟੋਪ ਦੇ ਕਾਰੀਗਰ ਹੈ, ਪੈਂਟ ਸ਼ਰਟ ਕੇ ਤੇ ਆਪੇ ਹਿਸਾਬ ਲਾਓ ਕਿ ਕਹਿੰਦੇ ਵੀ ਖਿਡਾਰੀ ਸੀਗਾ, ਮਤਲਬ ਪੂਰਾ ਜੁੱਸਾ ਭਾਰਾ ਸੀਗਾ, ਦੇਖਿਆ ਸਭ ਸਰਦਾਰ ਲੋ ਜੇ ਇਹੋ ਜਿਹੇ ਬੰਦੇ ਨੂੰ ਅਗਲੇ ਗੁਲਾਮ ਬਣਾ ਸਕਦੇ ਆ, ਤੇ ਆਪਾਂ ਕਿਹੜੇ ਬਾਗ ਦੇ ਮੁੰਡੇ, ਕੀ ਤਾਂ ਕੀ ਕੀਤਾ ਹੋਏ ਦੇ ਤੇ ਹਨਾ, ਕਿਹੜੇ ਵਿੱਚ ਇਹ ਤਾਂ ਹੁਣ ਰੱਬ ਜਾਣਦਾ, ਮੈਂ ਵੀ ਕੰਮ ਕਿਉਂ 12-14 ਸਾਲ ਲੜ ਗਏ, ਸਭ ਬਹੁਤ ਮੈਂ ਖੇਲਾ ਸਰਦਾਰ ਜਾਣਾ, ਮੂੰਹ 'ਚ ਦਰਦ ਨਹੀਂ ਤਾਂ ਛੋਟੇ ਲੋਕ ਬੜੇ ਲੜਕੇ ਛੋਟੇ, ਤੁਹਾਨੂੰ ਇੱਕ ਇੱਕ ਨੰਬਰ ਜੁੱਤਾ ਪਹਿਨਾਤੇ ਦੇ, ਜੋ ਮੰਗ ਤੁਹਾਨੂੰ ਇਹਦੀ ਵੀਡੀਓ ਕੱਲ੍ਹ ਪਹੁੰਚੀ, ਹਾਂ ਕੱਲ੍ਹ ਪਹੁੰਚੀ 4 ਵਜੇ, ਇਨਕੀ ਵੀਡੀਓ ਆਪਣੇ ਦੇਖੀ ਤਾਂ ਕੈਸਾ ਲਗਾ, ਘਰ ਪਰ ਰੋਣੇ ਲਗੇ, ਜੋ ਭੌਜਾਈ ਪਹੁੰਚਾ ਨਹੀਂ, ਜੋ ਬੱਬੂਆ ਹੈ ਬੱਬੂਆ ਹੈ, ਜਬ ਸੇ ਰਾਤ ਕੋ ਹਮ ਲੋਗ ਸੋਏ ਨਹੀਂ ਹੈ, ਇਨਕੋ ਵੀ ਸੋਨੇ ਨਹੀਂ ਦੀਆ ਹੂੰ,
पाँच बार आपके पास फोन किए 63 से 14 से आप उठाए नहीं, एक बार उठाए, फिर आप हमने 8:30 फोन किया, कोई प्रूफ हो जाता, हम तो मोबाइल चलाने आता नहीं है, तब इस लड़के को दूसरे सरदार से कहे, सरदार बनाओ सिंह साहब नाम है लुधियाना का सिंह साहब, तो उनसे इनसे कराए, तो ये सब खोजे सब, एक इनका भतीजा है बाहर वो, तो उससे कहा वो खोजा सब नेट पे, और तुम इस लड़के के पास भेजा। मेहर करे, चलो बड़ी खुशी हुई अज सू भी अज आपको बहुत रिजल्ट मिलता ना भाजी, हम किसान जदों कणक बीजदा वा जो झाड़ वधिया मिलता तो वह जानता जो रब जानता कि खुशी मिलती कि सुकून मिलता है ना, पर जो सारा कुछ मेहनत करने के बावजूद भी जो हनेरी आ जाती है जो मान लो कि कोई अग लग जाती है तो उन्हें जिन्ना दुख हों रब ही जानता वह, ठीक है जी। हूँ सानू अज एक साथ सानू इदा लग रहा है कि असी कोई फसल बीजी सी तो अज उन्हें सानू पूरी पूरी कीमत मिली है, पूरा झाड़ मिले वह, चलो शुक्र है इस चीज़ को गोडी, इस चीज़ को गोडी दी पानी दिता संगत ने, मालिक सब की आप बहुत मेहरबानी, आप परिवार मिल गया, चल इन कोई ना खुराक लै दे, चाहे घ्यो चीज लै जाओ, है रन पैसे नहीं जे बस लड़का मिल गया सर जी, हाँ इनको खिला पिला दीजिएगा, मेरा फर्ज बनता नहीं, थोड़ा फर्ज बनता, साडा भी फर्ज बनता, अगला दा इनां तुसी बच्चा किवें पाल के दिता, किवें थोड़ी लड़ाई जदों जो कोई हमसे नहीं मिलता वहां पहुंच भी नहीं पाते, दुनिया काफी बड़ी राह कर रहा, मैं तुम बच्चा सुना बार बार सुना तुम्हें, साल हो गए गुआचे नूं, रात नूं पता लग गया ते इहदे कोल एक मिंट कढ़ना भी औखा हो गया, इस मां नूं मैनूं दुख, मैनूं एक मिंट मेरी गल सुनो तुसीं वड्डे, मैं माफ़ी मांगदा तुहानूं मैं टोकन लिया, ਗੱਲ ਇਹ ਕਿ ਚਲੋ ਮਾਂ ਦੀ ਮੈਂ ਮੰਨ ਲਿਆ ਵੀ ਕੋਈ ਮਜਬੂਰੀ ਹੋ ਗਈ ਵੀ ਪੁੱਤ ਨੂੰ ਇੱਥੇ ਛੱਡ ਗਈ ਆ ਵੀ ਇਹਦਾ ਪਿਓ ਨਹੀਂ ਹੈਗਾ ਬੱਚਾ ਵਾ, ਮੇਰੇ ਕੋਲ 8-10 ਸਾਲ ਦਾ, ਪਰ ਐਡੀ ਕੀ ਮਜਬੂਰੀ ਹੈ ਕਿ ਇੱਕ ਵਾਰੀ ਫੋਨ ਲਾ ਕੇ ਵੀ ਹਾਲ ਨਹੀਂ ਦੱਸਿਆ, ਹਫ਼ਤਾ ਹੋ ਗਿਆ ਸਾਡੇ ਕੋਲ ਛੱਡ ਕੇ ਗਈ ਨੂੰ, ਸਰਦਾਰ ਜੀ ਚਾਰ ਚਾਰ ਬੱਚੇ ਕੋ ਮਾਂ ਛੋੜ ਕੇ ਸ਼ਹਿਰ ਮੇ ਭੱਗ ਜਾਂਦੀ ਹੈ ਬੱਚੇ ਕੋ ਛੋੜ ਕੇ, ਆਪ ਛੱਡਣ ਆਈ ਤੇ ਮੈਨੂੰ ਕਹਿੰਦੀ ਵੀਰੇ ਕਿ ਮੈਂ ਇਹ ਦਿਮਾਗ ਹੀ ਸਹੀ ਨਹੀਂ ਹੈ ਬੱਚਾ, ਇਹ ਜੇ ਮੈਂ ਕੰਮ 'ਤੇ ਜਾਂਦੀ ਹਾਂ ਤਾਂ ਇਹਨੂੰ ਕੌਣ ਸਾਂਭੂਗਾ, ਜੇ ਮੈਂ ਇਹਨੂੰ ਸਾਂਭਦੀ ਹਾਂ ਤਾਂ ਮੈਂ ਰੋਟੀ ਨਹੀਂ ਪਕਾ ਸਕਦੀ, ਮਤਲਬ ਕਿ ਰੋਟੀ ਨਹੀਂ ਕਮਾ ਸਕਦੀ, ਅਤੇ ਮੈਂ ਕਿਹਾ ਭੈਣੇ ਚੱਲ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਛੱਡ ਜਾ, ਚਲ ਮੈਂ ਸਮਝ ਲਿਆ ਵੀ ਉਹਦੀ ਮਜਬੂਰੀ ਹੈ, ਪਰ ਐਡੀ ਕੀ ਮਜਬੂਰੀ ਹੈ ਕਿ ਹਫ਼ਤਾ ਹੋ ਗਿਆ ਬੱਚੇ ਨੂੰ ਇੱਥੇ ਛੱਡੇ ਨੂੰ, ਇੱਕ ਵਾਰੀ ਵੀ ਇਹਦਾ ਫੋਨ ਲੱਗ ਹਾਲ ਨਹੀਂ ਪੁੱਛਿਆ, ਛੁੱਟ ਕੇ ਚਲੇ ਗਏ, ਤੂੰ ਦੂਸਰੇ ਸਾਹ ਚਲੀ ਗਈ ਸਰ ਜੀ, ਦੂਸਰੇ ਸੰਘ ਜੀ ਬੱਚਾ ਭਿੱਖੀ ਪਿੰਡ ਤੋਂ ਆ, ਇਹੋ ਜਿਹੀ ਮਾਵਾਂ ਨੂੰ ਲਾਹਨਤਾਂ ਵੀ ਪਾਉਣੀਆਂ ਚਾਹੀਦੀਆਂ, ਦੁੱਖ ਲੱਗਦਾ ਵਾ ਕਿ ਢਿੱਡੋਂ ਜੰਮ ਕੇ ਸੁੱਤੇ ਪਏ ਵੀ ਖੇਡ ਸਾਡੇ ਦੇ ਲਾਗੇ ਆ, ਬੰਬਣੀ ਵਾਲੇ ਦੇ ਨਾਲ ਹੀ ਆ, ਹਾਂ ਤੇ ਵੇਖੋ ਕਿੱਦਾਂ ਕਈ ਦੇ ਬੱਚਿਆਂ ਨੂੰ ਤਰਸ ਰਿਹਾ ਇਹ ਵੀ ਛੱਡ ਕੇ ਚਲੇ ਗਏ, ਹੈਂ ਬਾਬਾ ਜੀ ਦਾਣੇ ਦੁਣੇ ਕੱਢਣ ਆਉਂਦੇ ਹੁੰਦੇ ਬਹੁਤ ਆ ਸਾਰਾ ਮੇਰਾ ਏਰੀਆ ਫਿਰਿਆ ਪਿਆ, ਮਾਲਵੇ ਚ ਬਹੁਤ
ਕੈਰੋਂ ਸਾਰੇ ਬੰਬ ਘਰਿਆਲਾ ਘਰਿਆਲੀ ਸਾਰੇ ਇੱਧਰ ਨਾ ਸਾਰੇ ਇਹ ਮੇਰੇ ਏਰੀਆ ਅਸੀਂ ਹੜੰਬੇ ਨਾਲ ਦਾਣੇ ਦੂਣੇ ਕੱਢ ਕੇ ਜਾਂਦੇ ਹੁੰਦੇ ਸੀ ਬਹੁਤ ਸਾਲ। ਹੁਣ ਤਾਂ ਚਲੋ ਕੰਮ ਮੁੱਕ ਗਿਆ। ਜਦ ਇੱਧਰ ਬਾਗਾ ਬਾਗ ਆਉਂਦੇ ਸੀਗੇ ਆਪਣੇ ਨਾਸਪਾਤੀਆਂ ਦੇ ਦੂਜੇ ਆੜੂਆਂ ਦੇ, ਇਹਨਾਂ ਦੇ ਵਿੱਚ ਰਹਿਣਾ ਅਸੀਂ। ਧੰਨਵਾਦ ਤੁਹਾਡਾ ਭਾਈ ਜੀ, ਤੰਦਰੁਸਤੀ ਦੇਵੇ ਵੀਰ ਨੂੰ। ਸ਼ੁਕਰ ਆ। ਇਹਨਾਂ ਵਿਚਾਰੇ ਨੂੰ ਕੁਝ ਨਹੀਂ ਪਤਾ ਇਸ ਟਾਈਮ ਹੈ ਨਾ, ਮੇਰਾ ਭਰਾ ਆਇਆ ਵਾ, ਨਹੀਂ ਤਾਂ ਆਪਾਂ ਕਿਤੇ ਕਿਸੇ ਨੂੰ ਸਾਲ 6 ਮਹੀਨੇ ਬਾਅਦ ਮਿਲੇ ਤਾਂ ਆਪਾਂ ਹਾਲ ਚਾਲ ਪੁੱਛੀਦਾ ਵੀ ਘਰ ਦਿੰਦਾ ਕੀ ਹਾਲ ਇਹਦਾ। ਹਾਲ ਦੇਖੋ, ਜਦੋਂ ਆਇਆ ਆਪਾਂ ਘਰੇ ਜੱਫੀ ਪਾ ਕੇ ਰੋਣ ਹੀ ਲੱਗ ਗਿਆ। ਮੈਂ ਕਿਹਾ ਕੋਈ ਨਹੀਂ ਆਪਾਂ ਚੱਲਦੇ ਹਾਂ, ਉੱਥੇ ਹੈਗਾ ਉਹ ਜਾਣਾ ਤਾਂ ਹੁਣ ਕਿਤੇ ਨਹੀਂ ਉਹਨਾਂ ਦਾ ਸਾਂਭਿਆ ਪਿਆ। ਕੋਈ ਨਾ ਤੈਨੂੰ ਦੁਆ ਕੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਹੈ ਨਾ, ਕੱਲ੍ਹ ਨੂੰ ਲਾ ਲਓ ਮੇਰੇ ਨਾਲ ਇੱਦਾਂ ਬੀਤੀ ਹੈ ਨਾ, ਜੇਕਰ ਕੁਛ ਚੰਗਾ ਕਰਾਂਗੇ ਤਾਂ ਚੰਗਾ ਭਰਾਂਗੇ। ਠੀਕ ਹੈ ਜੀ, ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਰਿਜ਼ਲਟ ਮਿਲਦਾ, ਹਰ ਚੀਜ਼ ਦਾ ਰਿਜ਼ਲਟ ਮਿਲਦਾ। ਬੜਾ ਅੱਜ ਮੈਂ ਜਾਣਦਾ ਕਿ ਅੱਜ ਮੈਨੂੰ ਕਿੰਨੀ ਖੁਸ਼ੀ ਮਿਲ ਰਹੀ ਹੈ। ਸਾਰੇ ਟੱਬਰ ਦੇ ਵਿੱਚ, ਸਾਡੇ ਟੱਬਰ ਦੇ ਵਿੱਚ ਬੜੀ ਖੁਸ਼ੀ ਆਈ, ਚੱਲ ਇਹਦਾ ਭਰਾ ਮਿਲ ਗਿਆ। ਬੜਾ ਅਸੀਂ ਘਰੇ ਆ ਵੀ ਚੱਲ ਬੜੀ ਖੁਸ਼ੀ ਸਾਡੇ ਘਰੇ ਵੀ, ਚੱਲ ਕੋਈ ਨਹੀਂ ਤੇਰਾ ਭਰਾ ਮਿਲ ਗਿਆ, ਹੁਣ ਬੇਫਿਕਰ ਹੈ, ਹੁਣ ਤੇਰੇ ਨਾਲ ਚੱਲਾਂਗੇ ਅਸੀਂ, ਨਾਲ ਚੱਲਾਂਗੇ। ਬਿਲਕੁਲ ਸਰਦਾਰ ਜੀ, ਬਿਲਕੁਲ। ਭਾਲਾ ਭੂਲਾ ਤਾਂ ਇਹਨਾਂ ਨੇ ਬਹੁਤ ਸੀ ਵਿਚਾਰਿਆਂ ਨੇ, ਪਰ ਤੁਹਾਨੂੰ ਦੱਸ ਹੀ ਦਿੱਤਾ ਵੀ ਅਸੀਂ ਤਾਂ ਮੰਦਰਾਂ ਮੁੰਦਰਾਂ 'ਚ ਗੁਰਦੁਆਰੇ ਵੀ ਬਹੁਤ ਵੇਖਿਆ ਵੂਖਿਆ, ਪਰ ਜਾਣਾ ਸੁਣਿਆ ਕੋਲ। ਕਬੀਰ ਜੀ ਨੇ ਭਾਜੀ ਹੁਣਾਂ ਨੇ ਮੁੱਕਦੀ ਗੱਲ ਹੀ ਕਹਿ ਦਿੱਤੀ ਵੀ ਕਿਰਿਆ ਕਰਮ ਕਰਾਉਣ ਹੀ ਵਾਲੇ ਸੀ। ਵਾਕਰੀ ਹੋਏ 12-13 ਸਾਲ ਜਦੋਂ ਨਹੀਂ ਮਿਲਤਾ ਨਾ, ਦੁੱਖ ਕਰ ਦਿਆ ਜਾਤਾ ਹੈ ਇਸੇ ਜੇ ਕੁਛ ਮਰ ਜਾਣੇ ਪਰ ਪ੍ਰਿਥ ਜੋਨੀ ਆਤਮਾ ਨਹੀਂ ਹੋ ਜਾਂਦਾ ਹੈ ਨਾ। ਬਾਪ ਮਰੇ ਤਾਂ ਬਹੁਤ ਟਾਈਮ ਹੋ ਗਿਆ, ਇਹਨਾਂ ਦੀ ਮਾਤਾ ਥੋੜ੍ਹਾ ਟਾਈਮ ਹੋਇਆ ਪਰ ਚਾਹ ਪੀ ਮਾਤਾ ਚਾਹ ਚਲੀ ਖੜੀ ਜਾ ਸਰਵਣ ਜੇ ਕੋਈ ਮੇਰੇ ਵੀ ਗਰਮ ਕਰਾ ਕਰ ਲਿਆ ਉਹ ਧਿਆਨ ਨਹੀਂ ਦੇ ਕੋਈ ਨਹੀਂ ਕੋਈ ਗੱਲ ਹੀ ਨਹੀਂ ਕੋਈ ਨਹੀਂ ਪੀਦੀ ਬੰਦ ਨਹੀਂ ਠੰਡੀ ਹੋ ਗਈ ਆ ਉਹ ਨਹੀਂ ਕੋਈ ਨਹੀਂ ਹੋਪੀ ਹੋਏ ਬਾਬਾ ਜਰਾ ਉਹਨੇ 2 ਮਿੰਟ ਦੀ ਗਰਮ ਕਰ ਦੇਣੀ ਆ ਕੋਈ ਨਹੀਂ ਕੋਈ ਨਹੀਂ ਠੰਡੀ ਜੋ ਵੀ ਸੰਗਤ ਸਪੋਰਟ ਕਰਦੀ ਹੈ ਫਿਰ ਉਹਦੇ ਤੋਂ ਆਹ ਸੇਵਾਵਾਂ ਚੱਲਦੀਆਂ। ਠੀਕ ਹੈ ਜੀ, ਹੁਣ ਸੱਚ ਜਾਣੇ ਲੁਧਿਆਣੇ ਤੋਂ ਫੋਨ ਆਉਂਦਾ ਮੈਨੂੰ, ਠੀਕ ਹੈ ਜੀ, ਪਠਾਨਕੋਟ ਤੋਂ ਫੋਨ ਆਉਂਦਾ ਮੈਨੂੰ, ਠੀਕ ਹੈ ਜੀ, ਫਿਰ ਇੱਧਰਲਾ ਕਿਹੜਾ ਏਰੀਆ ਵਾ ਜਗਰਾਓਂ ਏਰੀਆ ਉੱਧਰੋਂ ਫੋਨ ਆਉਂਦਾ ਵੀ ਇੱਦਾਂ ਬੰਦੇ ਹੀ ਰੱਖੇ। ਠੀਕ ਹੈ ਜੀ, ਕੋਈ ਭੈਣ ਫਸੀ ਹੈ ਵਿਚਾਰੀ ਇੱਧਰ ਦੂਸਰਾ ਸਾਈਡ ਵਾ ਘਰ ਵਾਲਾ ਉਹਦਾ ਮੰਜੇ 'ਤੇ ਆ ਉਹ ਲੈਣ ਜਾਣਾ, ਅਤੇ ਇਸ ਕਰਕੇ ਨਾ ਜੇਕਰ ਤੁਸੀਂ ਅੱਜ ਮੈਨੂੰ ਫੋਨ ਲਾਓ ਤਾਂ ਬਗੈਰ ਆਉਂਦੇ ਤਾਂ ਅੱਜ ਮੈਂ ਤੁਹਾਨੂੰ ਨਹੀਂ ਸਮਝਾਂ। ਹਾਂ, ਅਤੇ ਮੈਨੂੰ ਬੜਾ ਮੈਂ ਹਿਸਾਬ ਨਾਲ ਪਤਾ ਹੀ ਨਹੀਂ 10-15 ਫੋਨ ਇਹਨਾਂ ਨੂੰ ਲਾਤੇ ਇਹਨਾਂ ਭਾਅ ਜੀ ਉਹਨਾਂ ਦਾ ਮੈਨੂੰ ਨਾਲ ਮੇਰਾ ਜਦੋਂ ਸੰਪਰਕ ਹੁੰਦਾ ਵਾ ਅਤੇ ਮੈਂ ਉਹਨੂੰ ਕਿਹਾ ਕਿ ਇਹਨਾਂ ਦਾ ਮੈਨੂੰ ਨੰਬਰ ਦੇ ਦਿਓ, ਕਿਉਂਕਿ ਮੈਨੂੰ ਇਹ ਸੀਗਾ ਕਿ ਮੈਨੂੰ ਪਤਾ ਲੱਗ ਜਾਣ ਵੀ ਇਹਨਾਂ ਦਾ ਕਿੰਨੇ ਕੁ ਵਜੇ ਇੰਨਾ ਆਉਣਾ ਵਾ, ਉਸ ਹਿਸਾਬ ਨਾਲ ਮੈਂ ਉੱਥੇ ਰਹੂੰਗਾ, ਕਿਉਂਕਿ ਸਾਰੀ ਦਿਹਾੜੀ ਇੱਥੇ ਰਹਿਣਾ ਬੜਾ ਔਖਾ ਹੁੰਦਾ। ਇਹਨਾਂ ਨਾਲੋਂ ਜ਼ਿਆਦਾ ਉਤਾਵਲਾ ਮੈਂ ਸੀਗਾ ਵੀ ਕਦੋਂ ਆਉਣ ਅਤੇ ਕਦੋਂ ਭਰਾ ਨੂੰ ਭਰਾ ਮਿਲੇ। ਉਸ ਲੜਕੇ ਨੂੰ ਬਾਪ ਦਾ ਨਾਂ ਲਿਖੀ ਉਪਿੰਦਰ ਯਾਦਵ ਸਮਝੇ, ਬਿਹਾਰ ਮੇਂ ਕਹਾਂ ਕੇ ਕਹਤਾ ਬਾ ਮਾਸਟਰ ਮਾਸਟਰ ਕਿਹਾ ਸਰਕਾਰੀ ਉਹ ਆਂਗਨਵਾੜੀ ਵਾਲਾ ਹੈ ਕਿ ਕਿਆ ਹੈ, ਉਸਕੋ ਅਰਦਾਸ ਨਹੀਂ ਹੈ, ਸਿਰਫ ਬਾਪ ਕੇ ਨਾਮ ਉਪਿੰਦਰ ਯਾਦਵ ਕਹਤਾ। ਇੱਕ ਨਾ ਤੁਹਾਡੀ ਮੈਂ ਰਿਕੁਐਸਟ ਆ, ਤੁਹਾਡੇ ਕੋਈ ਵਟਸਐਪ ਨੰਬਰ ਕਿਸੇ ਦਾ ਚੱਲਦਾ ਹੋਵੇ ਉਹ ਮੈਨੂੰ ਨੰਬਰ ਦਿਓ। ਬਾਕੀ ਮੈਂ ਸੰਗਤ ਨੂੰ ਮੈਂ ਅਪੀਲ ਕਰਦਾ, ਸੰਗਤ ਜੀ ਜਿਹੜੇ ਵੀਰ ਬਿਹਾਰ ਏਰੀਏ ਦੇ ਰਹਿੰਦੇ ਆ ਜਾਂ ਜਿਹੜੇ ਜਿਹਨਾਂ ਨੂੰ ਬਿਹਾਰੀ ਵੀਰ ਜਾਣਦੇ ਆ
ਉਹਨਾਂ ਦਾ ਮੈਨੂੰ ਇੱਕ ਵਾਰੀ ਨੰਬਰ ਜ਼ਰੂਰ ਦਿਓ ਤਾਂ ਜੋ ਉਹਨਾਂ ਦੇ ਆਪਾਂ ਵਟਸਐਪ ਗਰੁੱਪਾਂ ਦੇ ਵਿੱਚ ਬਿਹਾਰ ਦੇ ਜੇ ਵਟਸਐਪ ਗਰੁੱਪਾਂ ਦੇ ਵਿੱਚ ਇਹਦੀ ਚੱਲ ਜਿਹੜਾ ਵੀਡੀਓ ਤਾਂ ਹੋ ਸਕਦਾ ਛੇਤੀ ਦਾ ਪਰਿਵਾਰ ਜੋ ਲੜਕੇ ਕੋ ਡਾਲੇ ਥੇ ਨਾ ਹਾਂ ਉਸਕੇ ਲੈ ਲੀਜੀਏ ਉਹੀ ਕਾਮ ਆਪ ਵੀ ਜੈਸੇ ਕਰਤਾ ਉਹ ਵਹਾਂ ਬੋਰਡਰ ਪਰ ਰਹਤਾ ਹੈ ਜੋ ਨੇਪਾਲ ਸੇ ਉਨਕਾ ਨੰਬਰ ਦੇ ਦੇਣਾ ਲੜਕੇ ਲੜਕੇ ਆਪਕਾ ਨੰਬਰ ਹੈ ਆਪਕੇ ਪਾਸ ਉਸਕੇ ਫੋਟੋ ਭੇਜੇ ਹੋਂਗਾ ਹਮਕਾਰ ਪਾਸ ਉਹ ਲੀਜੀਏ ਉਹੀ ਕਾਮ ਕਰਤਾ ਆਪ ਸਰਕਾਰੀ ਨੌਕਰੀ ਹੋ ਗਿਆ ਲੇਕਿਨ ਉਹੀ ਹਮਕੋ ਭੇਜਾ ਤਾ ਉਹੀ ਹਮ ਚਾਚਾ ਉਹੀ ਪਹਿਚਾਨ ਤਾਂ ਮੈਂ ਬੋਰਡਰ ਤੇ ਕੰਮ ਕਰਦਾ ਤੁਹਾਡੇ ਨਾਲ ਜੋ ਬਾਰਡਰ ਤੋਂ ਪਾਸ ਹਾਂ ਅੱਛਾ ਉਹ ਫੋਨ ਕਿਹਦਾ ਆਈ ਜਾਂਦਾ ਬਾਰ ਮੇਰੇ ਵਾਲਾ ਉਹਦੇ ਮੇਰਾ ਕਿੱਥੇ ਆ ਇਹ ਹਮਕੋ ਚਲਾਣੇ ਵੀ ਨਹੀਂ ਹੈਲੋ ਹੈਲੋ ਹਮੇ ਚਲਾਣੇ ਵੀ ਤਾਂ ਨਹੀਂ ਆਤਾ ਹੈ ਨਾ ਪਰਿਵਾਰ ਆਉਂਦੇ ਲੈਣ ਹੈ ਕਿੱਦਾਂ ਕਿੱਦਾਂ 10-15 ਮਿੰਟ ਵੇਟ ਕਰ ਇਹ ਲੜਕਾ ਭੇਜਿਆ ਦੇਖੀਏ ये लड़का भेजा और स्कूल नेपाल के बोर्ड वेट कर 10 मिनट यहां पूछ रहे हैं ना आप 10 मिनट वेट कर कि ये पूछ रहे हैं इतना ये लड़का भेजे रुकिए रुक जाइए लोग ये भेजा सोनू ओझा ये देखिए ये सोनू ओझा ये नंबर लीजिए ये व्हाट्सएप नंबर सब कुछ है यही पहले काम करता सरकारी वही पर्सनल घर द्वार बोर्डरी पर रहता है एक मिनट नंबर लिख लें दो 61 वाला है ना हां ये वाले 48 हाँ मेरे को मिस कॉल भी आई कल उनकी हाँ उनको भी पता चल गया होगा ना ये बिहार के हाँ जी हाँ बिहार के बिहार ने गाँव है मेरे गाँव के लड़का है भतीजा लगता है इनका तभी तो इनकी भी संस्था है ना हाँ अब छोड़ दिया अब सरकारी नौकरी को ज्वाइन कर लिया लेकिन अभी कोई कहता है इनसे ये ढूंढ लेना तो उसी स्टेशन पर घर द्वार है इनका तो आपको सब बता देंगे नेपाल से जो लोग वहाँ लड़का लड़की लेके आते हैं ना तो उसको एक ऑफर करता था पहले पकड़ के लोगों को देता था ये भेजा ये भी आपसे फोन किया था देख रहे हैं ना ये सब हाँ, दोनों नाम मिसकाल है कल मेरे को हाँ हाँ इन है इनका नाम वो सोनू ओझा तभी तो अपने पिटिया चाचा को पहचान लिया कि मेरे चाचा है तब तो अपने लड़के पकड़े तो भी पहचान के सब लोग वो काउंटर पर बैठते हैं अरूल विदेशी संस्था है डंकन है बहुत बड़ा हॉस्पिटल है समझे उस हॉस्पिटल में टाइम पर फोन नहीं उठाएंगे समय पे अरे तो फोन करना भी फोन आ जाना चलो भाई के मेन तेरे का तेतीस छियासी बानवे मदर मदर भी नहीं है इनकी माँ तो 7 में मर गई पिताजी 85 में मर गए आपको जन्म भी नहीं होगा 85 में ने मेरा तो 89 का है हाँ ये समझे कि होश उतना नहीं था ये लोग होश नहीं था ये भी 82-83 के 10 साल छोटे 11 साल मेरा 70 के जन्मदिन का जोड़ ले 85-86 के ये सबसे छोटे हैं हम 5 बड़ा हमसे बड़ा एक है बड़ी दीदी है ये सबसे छोटे एक बहन और 5 भाई है 5 भाई हैं इनके कोई सरदार जी किस गुरुद्वारे में नहीं किस मस्जिद में नहीं किस आस्थे में नहीं गए हैं सब कोई 10 रुपये ले कोई नहीं लिया कोई अगरबत्ती कोई धूप सबको जलाते रहे और जब सरदार से साल में 2-3 बार चले जाते हैं अब जानते हैं रोजी रोटी हवाल है तब नहीं कमाएंगे तो लोग पेट कौन पालेगा बाप मतलब तो है नहीं
ਇਹ ਕਰਦੇ ਕਰਦੇ ਹਰ ਦਿਨ ਪੁੱਛਦੇ ਤੇ ਇਹ ਮਿਲ ਗਿਆ ਉਹ ਮਿਲ ਗਿਆ ਇਹ ਮਿਲ ਗਿਆ ਇਹ ਮਿਲ ਗਿਆ ਜਬ ਮਿਲਾ ਹੈ ਭਤੀਜਾ ਮੈਂ ਤੁਰੰਤ ਲੜਕਾ ਕਿਸ ਹਾਲ ਮੈਂ ਥਾ ਫੋਨ ਆਤਾ ਉਠਾ ਲੇਤੇ ਹੈ ਕਿਸ ਹਾਲ ਮੈਂ ਹੋ ਇਨੀ ਕੇ ਚਲਤੇ ਅੱਜ ਹਮੇ ਮਿਲ ਗਿਆ ਨਾ ਤਾਂ ਹਮ ਯਾਰ ਢੂੰਢਤੇ ਢੂੰਢਤੇ ਥੱਕ ਜਾਤੇ ਦੋ ਦਿਨ ਹਮ ਨਹੀਂ ਆਤੇ ਕਹੀਂ ਬਿਹਾਰ ਕਹਾਂ ਪੇ ਹੈ ਆ ਕਭੀ ਨਹੀਂ ਕਹਨਾ ਮੂੰਹ ਪਰ ਬੜਾਈ ਨਹੀਂ ਕਹਨਾ ਚਾਹੀਏ ਸਮੇ ਕਈ ਕੋਈ ਸਾਥ ਗਾਂ ਵਾਲੋ ਕੀ ਨਹੀਂ ਪਤਾ ਇਹੀ ਨਹੀਂ ਕਭੀ ਹਮਕੋ ਭਈਆ ਨਹੀਂ ਸਮਝੇ ਬਿਹਾਰੀ ਨਹੀਂ ਸਮਝੇ ਬੇਟੇ ਸਮਾਨ ਮਾਨੇ ਘਰ ਮੇ ਸੋਏ ਪੀਤੇ ਯਹਾਂ ਤੇ ਬੱਚੇ ਲੋਗ ਹਮ ਥੱਪੜ ਲਗਾ ਦੀ ਪੜ੍ਹਨੇ ਕੇ ਸਮੇ ਮੇ ਇਸ ਲੜਕੇ ਗੋਦ ਮੇ ਖਿਲਾਇਆ ਦੇਖੀ ਉਹ ਆਰਮੀ ਮੇ ਹੈ ਕਭੀ ਹਮਕੋ ਭਈਆ ਨਹੀਂ ਸਮਝੇ ਹਾਮੀ ਕਿਹੜਾ ਮੁੰਡਾ ਵੇਖੀ ਲੁਕਾਤੇ ਨਾ ਪ੍ਰਦੇਸ ਮੈਂ ਹਮ ਅਭੀ ਤੱਕ ਬੁਝਾ ਨਾ ਪ੍ਰਦੇਸ ਨਹੀਂ ਹਮਾਰਾ ਘਰ ਹੈ ਬਾ ਮਤਾਰੀ ਹਰਦਮ ਆਤਾ ਹੂੰ ਬੇਗਰ ਕਹਤੇ ਰਾਜਾ ਘਰ ਮਾਂ ਬਾਪ ਕੇ ਘਰ ਸਭ ਬਿਗ ਪੁੱਛੇ ਜਾਏ ਤਾਂ ਬੇਗਰ ਪੁੱਛੇ ਆਤਾ ਜਾਤਾ ਉਨਕੇ ਪਾਸ ਜਬ ਵੀ ਆ ਜਾਏ ਕੋਈ ਬਹੂ ਵੀ ਹੈ ਤਿੰਨ ਪੋਤੋ ਹੈ ਬਹੂ ਹੈ ਬੇਟੀ ਹੈ ਕੋਈ ਨਹੀਂ ਪੁੱਛਦਾ ਹੈ ਕਬ ਆਏ ਕਬ ਖਿਲਾਏ ਕਬ ਵੀ ਕੋਈ ਹੋ ਨਾ ਹੋ ਪੂਰਵ ਜਨਮ ਮੈਂ ਹਮਾਰੇ ਮਾਂ ਪਿਤਾ ਥੇ ਲੋ ਚਲਾ ਜਾਤਾ ਕੁਛ ਕਰਵਾਈ ਕੁਛ ਕਰ ਚੱਲਣਾ ਮੇਰੇ ਘਰੇ ਪ੍ਰਾਹੁਣੇ ਕੋਈ ਗੱਲ ਨਹੀਂ ਮੈਂ ਸਾਰੀ ਮੈਂ ਪ੍ਰੂਫ ਰੱਖ ਲੈਂਦੇ ਨਾ ਆਪਣੇ ਕੋਲ ਅਤੇ ਲੋਕ ਪੁੱਛ ਲੈਂਦੇ ਵੀ ਉਹ ਬੰਦਾ ਕਿੱਥੇ ਗਿਆ ਕਈਆਂ ਦੀ ਡੈਥ ਹੋ ਜਾਂਦੀ ਆ ਹੈ ਨਾ ਕਈਆਂ ਦਾ ਨਹੀਂ ਪਰਿਵਾਰ ਮਿਲਦਾ ਅਤੇ ਸਭ ਕੁਝ ਟੂਕੋ ਵੀ ਕਰਾ ਲੈ ਨਾ ਪੱਕੀ ਰੱਖ ਲਈ ਅਸੀਂ ਆਪਾਂ ਸੰਸਕਾਰ ਕਰਕੇ ਇਹਦਾ ਜਿੱਥੇ ਸਾਰੇ ਹੈ ਨਾ ਜਿਹੜਾ ਪਰਿਵਾਰ ਲੈ ਜਾਂਦਾ ਵਾ ਹੈ ਨਾ ਹੁਣ ਮੇਰੇ ਕੋਲ ਵੀਡੀਓ ਪਰੂਫ ਹੈਗਾ ਕਿ ਵਾਕਈ ਫੈਮਲੀ ਉਹਨਾਂ ਨੇ ਆ ਕੇ ਉਹ ਲੈ ਗਈ ਹੈ ਇਹਦੇ ਨਾਲ ਕੀ ਹੁੰਦਾ ਨਾਲੇ ਫਿਰ ਲੋਕਾਂ ਨੂੰ ਇੱਕ ਜਿਵੇਂ ਕੋਈ ਹੋਰ ਵੀ ਮਿਲਦੇ ਗਾਂਧੀ ਗਾਂਧੀ ਜੇ ਸਾਡਾ ਵੀ ਕੋਈ ਗਵਾਚਿਆ ਵਾ ਜਾਂ ਕਿਸੇ ਨੇ ਫੋਨ ਲਾ ਮੇਰੇ ਤੋਂ ਸੇਵਾ ਲੈਣ ਵਾਲੇ ਅਤੇ ਸੇਵਾ ਦੇਣ ਵਾਲੇ ਦੋ ਟਾਈਪ ਦੇ ਫੋਨ ਆਉਂਦੇ ਆ ਹੁਣ ਇਸ ਵੀਡੀਓ ਦਾ ਕੀ ਫਾਇਦਾ ਹੋਣਾ ਵਾ ਇਸ ਵੀਡੀਓ ਦਾ ਇਹ ਫਾਇਦਾ ਹੋਣਾ ਵਾ ਕਿ ਜੇਕਰ ਕਿਸੇ ਦਾ ਗਵਾਚਾ ਹੋਇਆ ਉਹਨੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਜੇਕਰ ਕਿਸੇ ਨੂੰ ਗਵਾਚਾ ਰਾਹ ਗਲੀ ਮਿਲਿਆ ਵਾ ਤਾਂ ਉਹਨਾਂ ਨੇ ਵੀ ਸੰਪਰਕ ਕਰਨਾ ਭਾਅ ਜੀ ਇੱਥੇ ਸਾਡੇ ਲਾਗੇ ਕੋਈ ਲਿਬਾਸ ਤੋਂ ਰਹਿ ਜਾਂਦਾ ਵਾ ਤੁਸੀਂ ਉਹਨੂੰ ਆਣ ਕੇ ਲੈ ਜਾਓ ਕਿ ਉਹ ਸਾਰਾ ਉਹਦਾ ਪਰਿਵਾਰ ਲੱਭ ਜੇ ਆਪਣੀ ਕੋਸ਼ਿਸ਼ ਰਹੀਦੀ ਆ ਅੱਗੇ ਚਲੋ ਵਾਹਿਗੁਰੂ ਦੇ ਹੱਥ ਬਸ ਕਈਆਂ ਦਾ ਲੱਭ ਜਾਂਦਾ ਲੁਧਿਆਣਾ ਤਾਂ ਕਮ ਤੋਂ 150 ਕਿਲੋਮੀਟਰ ਫਿਰੋਜ਼ਪੁਰ ਹੈ ਆਪਣਾ ਘਰ ਹੈ 35 ਕਿਲੋਮੀਟਰ 20 ਕਿਲੋ 55 ਕਿਲੋਮੀਟਰ ਆਪਣਾ ਦੌਦਾਰਾ ਲੁਧਿਆਣਾ ਇਹ 150 ਕਿਲੋਮੀਟਰ ਚੱਲ ਕੇ ਆਇਆ ਕਿਸੇ ਕੀ ਸਵਾਲ ਹੈ ਕੋਈ ਤਾਂ ਚੱਕ ਕੇ ਉਠਾ ਲੈ ਮੇਰੇ ਕੋਲ ਭੈਣ ਵਾ ਉਹ ਬਿਹਾਰ ਦੀ ਆ ਐਡਰੈਸ ਆਪਣਾ ਦੱਸਣ ਲਈ ਆ ਚਲੋ ਵਾਹਿਗੁਰੂ ਮੇਰ ਕਰੇ ਹੋ ਸਕਦਾ ਉਹਦਾ ਪਰਿਵਾਰ ਵੀ ਮਿਲ ਜੇ ਹੁਣ ਆ ਵੀ ਬਿਹਾਰ ਦਾ ਵਾ ਪਤਾ ਨਹੀਂ ਜਿਹੜਾ ਬੰਦਾ ਦਿਮਾਗੀ ਸਹੀ ਨਹੀਂ ਉਹਨਾਂ ਦਾ ਉਹਨੇ ਤੁਰੇ ਹੀ ਜਾਣਾ ਜਿੱਧਰ ਨੂੰ ਉਹਦਾ ਮੂੰਹ ਹੋ ਗਿਆ ਉਹਨੂੰ ਉੱਧਰ ਨੂੰ ਹੱਥ ਲਾ ਕੇ ਉਹਨੇ ਗਾਹਾਂ ਲੈ ਜਾਣਾ ਬਸ ਜਿਹਨੂੰ ਦੇਖ ਪਿਆ ਕਈ ਲੋਕ ਤੇ ਐਡੇ ਨੀਚ ਲੋਕ ਆ ਨਾ ਕਈ ਲੋਕ ਉਹ ਸਿਰਫ ਇਹੋ ਚੀਜ਼ ਵੇਖਦੇ ਰਹਿੰਦੇ ਆ ਵੀ ਕਿੱਥੇ ਸਾਨੂੰ ਮੰਦ ਬੁੱਧੀ ਮਿਲੇ ਕਿਸੇ ਨੂੰ ਲੈ ਕੇ ਦੇ ਬਾਅਦ ਵਿੱਚ ਉਹਨੂੰ ਬਤਾਈਏ ਦੇਹ ਮੈਂ ਜਾਣਦਾ ਤਵੀ ਤਾਂ 15 ਸਾਲ ਖਿੱਚਦੇ ਰਹੇ ਮੈਂ ਖਾਏ ਪੀਏ ਚਲਤੇ 15 ਸਾਲ ਤੇ ਬੰਦਾ ਤੁਰ ਕੇ ਮਿਠਾਣਾ ਸਾਰੀ ਦੁਨੀਆ ਦਾ ਚੱਕਰ ਕੱਢ ਲੈਂਦਾ ਸਹੀ ਗੱਲ ਇਸ ਕੋ ਟਰ ਜੋ ਵੀ ਕਹਿ ਟਰਚਰ ਖੂਬ ਗਿਆ ਚੁੱਪ ਚਾਪ ਸ਼ਾਂਤ ਹੈ ਇਤਨਾ ਤੇਜ਼ ਅੰਦਰ ਬਿਲਕੁਲ ਸ਼ਾਂਤ ਹੈ ਇੱਥੇ ਵੀ ਦੇਈ ਰਹਿੰਦਾ ਹੈ ਚੁੱਪ ਕਰਕੇ ਪਹਿਲੇ ਵੀ ਕਿਸੇ ਨਹੀਂ ਬੋਲਦਾ ਤਾਂ ਕੰਮ ਬੋਲਦਾ ਬੋਲਦਾ ਕਰਦੇ ਪੂਰੀਆਂ ਜੇ ਹੁਣ ਉਹ ਇੱਕ ਮੁੰਡਾ ਦੱਸਦਾ ਕਿ ਮਾਤਾ ਦੀ ਚਪੇੜਾ ਮਾਰਨ ਲਿਆ ਹਨਾ ਉਹ ਇਹ ਸਥਾਨੀਆਂ ਇੱਥੇ ਕਰਦੇ ਰਹਿੰਦੇ ਆ ਅਤੇ ਇਹਨਾਂ ਨੂੰ ਜ਼ਿਆਦਾ ਕਹਿ ਵੀ ਨਹੀਂ ਸਕਦੇ ਮੰਨ ਲਓ ਹਨਾ ਇਹ ਦਿਮਾਗੀ ਤਾਂ ਅੱਗੇ ਵਿਚਾਰੇ ਸਹੀ ਨਹੀਂ ਹੈ ਪਰ ਇੱਥੇ ਆਪਣਾ ਹੁੰਦੇ ਆ ਟੀਮ ਮੈਂਬਰ ਹੁੰਦੇ ਇੱਥੇ ਰਹਿੰਦੇ ਪੱਕਾ ਧਿਆਨ ਰੱਖਦੇ ਬਾਬਾ ਜੀ ਕੋਈ ਲਿਖਤੀ ਰੂਪ ਤਾਂ ਨਹੀਂ ਲੈਣਾ ਤੁਸੀਂ ਮੇਰੇ ਕੋਲ ਪ੍ਰੂਫ ਵੀਡੀਓ ਹੈਗਾ ਕੋਈ ਗੱਲ ਨਹੀਂ ਹਾਂਜੀ ਵੀਡੀਓ ਪ੍ਰੂਫ ਹੈਗਾ ਹਾਂਜੀ ਇਹ ਵੀਡੀਓ ਪ੍ਰੂਫ ਹੈਗਾ ਨਾ ਉਹ ਵੀ ਆਪਣਾ ਇੱਕ ਸਬੂਤ ਹਾਂਜੀ ਲੈ ਲਓ ਮੈਂ ਸਾਹਮਣੇ ਬੈਠਾ ਹਾਂ ਨਹੀਂ ਨਹੀਂ ਹੈਗਾ ਆਪਣੇ ਕੋਲ ਵੀਡੀਓ ਪ੍ਰੂਫ ਹੀ ਹੈਗਾ ਹਾਂ ਸਾਡਾ ਪਿੰਡ ਦੌਦਰ
ਬਰਨਾਲਾ ਰੋਡ ਜਿਹੜਾ ਨਵਾਂ ਰੋਡ ਬਣਿਆ ਮੁੜ ਜਾਣਾ ਹੁਣ ਉੱਧਰ ਉਹਦੇ ਨੇ ਬਾਪੂ ਵਾਲੇ ਬਾਬੇ ਭਲਵਾਨ ਦੇ ਮਤਲਬ ਯੇ ਇੱਕ ਔਲਾਦ ਲੁਕੇ ਕਿਤਨੇ ਰਾਜਵੰਸ਼ ਡੂਬ ਗਿਆ ਇੱਕ ਔਲਾਦ ਹਮਾਰੇ ਗਾਂਵ ਮੇ ਕਈ ਵੰਸ ਹੈ ਇੱਕ ਔਲਾਦ ਇਤਨਾ ਸੁੰਦਰ ਔਲਾਦ ਕੇ ਮਾਂ ਬਾਪ ਪਤਾ ਨਾ ਕੈਸੇ ਕਹਾਂ ਸੇ ਚਲਾ ਆਇਆ ਹਮ ਢੂੰਡਦੇ ਢੂੰਡਦੇ ਪਾਗਲ ਹੈ ਮੂਰ ਦੇਖਿਓ ਲਾਈਨ ਕੱਟ ਲਾਈਨ ਨੂੰ ਸੜੀ ਕਰ ਰੱਖਣ ਲੱਗਾ ਦੇਖਿਓ ਇਤਨਾ ਸੁੰਦਰ ਲੜਕਾ ਹੈ ਉਨਕੇ ਬਾਪ ਕੇ ਨਾਮ ਡਾਲੀਏ ਸਮਝੇ ਉਹ ਬਚਪਨ ਸੇ ਬਹੁਤ ਤੇਜ਼ ਲੜਕਾ ਥਾ ਆਜ ਵੀ ਬਹੁਤ ਤੇਜ਼ ਹੈ ਵੋ ਅਬ ਤਾਂ ਹਮ ਲੋਗ ਚਲੇ ਹਾਂ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਹਾਂਜੀ ਧੰਨਵਾਦ ਤੁਹਾਡਾ ਜੀ ਇੰਨੀਆਂ ਅਸੀਸਾਂ ਦੇਣ ਵਾਸਤੇ ਹਾਂ ਚਲ ਧੰਨਵਾਦ ਵਾਹਿਗੁਰੂ ਹਾਂ ਚੱਲਿਆ ਅੱਜ ਖਾਣਾ ਪਾਣੀ ਇਹਦਾ ਦਾਣਾ ਪਾਣੀ ਇੱਥੋਂ ਤੱਕ ਹੀ ਸਾਡੇ ਨਾਲ ਇਹ ਮੰਮੀ ਜਿਹੜਾ ਉੱਥੋਂ ਛਡਵਾ ਕੇ ਲਿਆਂਦਾ ਸੀਗਾ ਮੱਖੂ ਤੋਂ ਹਾਂ ਹਾਂ ਇਹ ਤੁਹਾਡੇ ਲਾਗੋ ਛਡਵਾਇਆ ਸੀਗਾ ਮੱਖੂ ਉੱਥੇ ਨਹੀਂ ਆ ਰਾਧਾ ਸਵਾਮੀ ਦਾ ਡੇਰਾ ਉਹਦੇ ਮਗਰਲੇ ਬੰਨੇ ਜਿਹੜੇ ਜਿਹਨਾਂ ਮੱਝਾਂ ਰੱਖਦੇ ਜਿਹੜੇ ਉਹਨਾਂ ਦੇ ਕੋਲ ਸੀਗਾ ਇਹ ਅੱਜ ਪਰਿਵਾਰ ਲੈਣ ਆਇਆ ਹੁਣ ਵਾਹਿਗੁਰੂ ਹਾਂ ਇੱਧਰ ਤੇ ਚੱਲ ਜਾਓ ਸਿੱਧਾ ਹੀ ਇੱਥੋਂ ਰੋਡ 'ਤੇ ਚੜ੍ਹ ਜਾਣੀ ਹੈ ਸਿੱਧੀ ਹਾਂ ਇੱਥੇ ਜਿਹਨੂੰ ਸੜਕ ਘੁੰਮੂਗੀ ਨਾ ਉਹਨੂੰ ਰੋਡ 'ਤੇ ਚੜ੍ਹ ਜਾਣੀ ਤੁਹਾਨੂੰ ਬੈਗ ਜਾਣ ਦੀ ਲੋੜ ਹੀ ਨਹੀਂ ਆ ਹਾਂਜੀ ਚੰਗਾ ਜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਚੰਗਾ ਬਜ਼ੁਰਗ ਬਹੁਤ ਵੱਡੀ ਆ ਭਾਜੀ ਰਾਜੂ ਰਾਜੂ ਨਹੀਂ ਹੁਣ ਮਿਲਦਾ ਇਹਨੂੰ ਵੇਲੇ ਇਹ ਪਤਾ ਕਹਿੰਦਾ ਜੇ ਜਹਾਂ ਕਾ ਮੈਨੇਜਰ ਹੈ ਇਹਨੂੰ ਵੇਲੇ ਇਹ ਪਤਾ ਇਸ ਚੀਜ਼ ਦਾ ਕਿਉਂਕਿ ਵੀਰ ਇੱਥੇ ਸੇਵਾ ਕਰਦਾ ਨਾ ਸਾਡੀ
ਹਾਂ ਮੈਂ ਤਾਂ ਕਦੀ ਬਾਹਰ ਅੰਦਰ ਚਲ ਜਾਂਦਾ ਜ਼ਿਆਦਾ। ਚਲੋ ਠੀਕ ਹੈ ਜੀ, ਓਕੇ ਧੰਨਵਾਦ ਵੀਰ ਜੀ। ਤੇਰੇ ਕੋਲ ਵੀ ਇੱਕ ਦਿਨ ਘਰ ਵਾਲੇ ਲੈਣੇ ਆਏਗੇ ਤੇਰੇ, ਠੀਕ ਆ, ਤੂੰ ਵੀ ਜਲਦੀ ਚਲ ਜਾਏਗਾ ਘਰ ਆਪਣੇ, ਜਾਣਾ ਘਰੇ ਹੈ, ਚਲ ਆ ਜਾਓ ਹੁਣ। ਫੋਨ ਲਵਾਂ ਬੜਾ ਪੰਜਾਬ ਨੂੰ, ਫੋਨ ਲਵਾਂ ਬੜਾ ਸਰਵਣ ਯਾਰ, ਇੱਦਾਂ ਕਰ ਗੱਡੀ ਮੈਂ ਤੂੰ ਘਰੇ ਆ, ਮੈਂ ਇਹਨਾਂ ਨੂੰ ਚੱਲਣ ਪੈਸੇ ਲੈ ਕੇ